ਕੀ ਆਲੀ ਇਸ ਟ੍ਰੇਨਿੰਗ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਆਪਾਂ ਕਿਦਾਂ ਅਗਲੇ 180 ਦਿਨਾਂ ਦੇ ਵਿੱਚ ਵਿੱਚ ਆਲਮੋਸਟ 10 ਤੋਂ 12% ਜਿਹੜਾ ਸਾਡਾ ਬੋਡੀ weight ਆ ਉਹਨੂੰ ਡ੍ਰੌਪ ਕਰ ਸਕਦੇ ਆ ਲੂਜ਼ ਕਰ ਸਕਦੇ ਆ ਉਹ ਵੀ ਬਿਨਾਂ ਉਹਨੂੰ ਆਪਸ ਗੇਨ ਕੀਤੇ ਆ ਤੇ ਤੁਹਾਨੂੰ ਚਾਹਵਾਂ ਘੰਟਿਆਂ ਤੋਂ ਬਾਅਦ ਜਿਮ ਜਾਣ ਦੀ ਲੋੜ ਨਹੀਂ ਆ ਹਫ਼ਤੇ ਦੇ ਵਿੱਚ ਨਾ ਹੀ ਤੁਹਾਨੂੰ ਰੋਜ਼ ਸੈਲਡ ਖਾਣ ਦੀ ਲੋੜ ਆ ਨਾ ਹੀ ਤੁਹਾਨੂੰ ਦੋ-ਦੋ ਘੰਟੇ ਕਾਰਡੀਓ ਕਰਨ ਦੀ ਲੋੜ ਆ ਤੇ ਤੁਸੀਂ ਵੀਕ ਦੇ ਵਿੱਚ ਇੱਕ ਤੋਂ ਦੋ ਵਾਰ ਆਪਣੇ ਜਿਹੜੇ ਤੁਹਾਡੇ ਫੇਵਰਿਟ ਚੀਟ ਮੀਲਸ ਆ ਉਹ ਵੀ ਖਾ ਸਕਦੇ ਜੀ ਹੁਣ ਆ ਵੇਖ ਲੋ ਫੋਟੋ ਮੇਰੀ ਪਹਿਲਾਂ ਮੈਂ ਇਦਾਂ ਦਾ ਨਹੀਂ ਕੋਗੜ ਗਿਆ ਤੇ ਇਸ ਤੋਂ ਬਾਅਦ ਆ ਮੈਥਡ ਨੂੰ ਫਾਲੋ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਤੇ ਅੱਜ ਪਹਿਲੀ ਵਾਰ ਆ ਵਾਲਾ ਮੈਥਡ ਜਿਹੜਾ ਲੀਨ ਲਾਈਫ ਮੈਥਡ ਜਿਹੜਾ ਮੈਂ ਖੁਦ ਡਵੈਲਪ ਕੀਤਾ ਵਾ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਿਹਾ ਹਾਂ ਤੇ ਜਿਹੜਾ ਕੀ ਮੇਰੇ ਕਲਾਇੰਟਸ ਫਾਲੋ ਕਰਦੇ ਆ ਤੇ ਉਹਨਾਂ ਨੂੰ ਰਿਜ਼ਲਟਸ ਮਿਲਦੇ ਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਟ੍ਰੇਨਿੰਗ ਤੁਹਾਡੇ ਲਈ ਆ ਜੇ ਤੁਸੀਂ ਇਸ ਟਾਈਮ ਓਵਰ weight ਜੇ ਹੁਣ ਓਵਰ weight ਹੋਣਾ ਇੱਕ ਵੱਖਰੀ ਗੱਲ ਆ ਆਪਾਂ ਇਗਨੋਰ ਕਰ ਦਿੰਨੇ ਆ ਕਿ ਓਵਰ weight ਹੋਣ ਦੇ ਗਾਂ ਹਨੂ ਸਾਡੇ ਹਾਲਤ ਨੂੰ ਕਿੰਨੀਆਂ ਇੰਪਲੀਕੇਸ਼ਨਸ ਆ ਸਕਦੀਆਂ ਹਨਾ ਹਾਰਟ ਡਿਜ਼ੀਜ਼ ਕਹ ਲੋ ਡਾਇਬੀਟੀਜ਼ ਕਹ ਲੋ ਜੋਇੰਟ ਪ੍ਰੋਬਲਮਸ ਕਹ ਲੋ ਇਹ ਸਾਰੀਆਂ ਚੀਜ਼ਾਂ ਓਵਰ weight ਤੋਂ ਹੀ ਸਟੈਮ ਹੁੰਦੀਆਂ ਵਾ ਜਾਂ ਤੋਂ ਸਕਿਨੀ ਫੈਟ ਜੇ ਹੁਣ ਕਈਆਂ ਨੂੰ ਇਹ ਨਹੀਂ ਪਤਾ ਕਿ ਸਕਿਨੀ ਫੈਟ ਚੀਜ਼ ਕੀ ਹੈ ਜਦੋਂ ਤੁਹਾਡੀਆਂ ਲੱਤਾਂ ਬਾਹਾਂ ਜੜੀਆਂ ਉਹ ਪਤਲੀਆਂ ਵਾ ਪਰ ਤੁਹਾਡੇ ਸਟਮਕ ਤੇ ਢਿੱਡ ਤੇ ਜ਼ਿਆਦੀ ਫੈਟ ਆ ਹਨਾ ਤੁਹਾਡੀ ਬੋਡੀ ਵਾਟਰੀ ਆ ਜਾਂ ਸੌਫਟ ਆ ਤੇ ਮਸਲ ਮਾਸ ਜਿਹੜੇ ਬੰਦੇ ਦੇ ਘਾਟ ਆ ਉਹ ਹਮੇਸ਼ਾ ਵੋਟਰੀ ਹੋਊਗਾ ਸੌਫਟ ਹੋਦੀ ਬੋਡੀ ਹੋਊਗੀ ਉਹਦੀ ਫਿਜ਼ੀਕ ਹੋਊਗੀ ਤੇ ਉਹ ਚੀਜ਼ ਵਧੀਆ ਨਹੀਂ ਲੱਗਦੀ ਵੇਖਣ ਨੂੰ ਯਾਨੀ ਕਿ ਤੁਸੀਂ ਸਕਿਨੀ ਫੈਟ ਆ ਇਹ ਟ੍ਰੇਨਿੰਗ ਤੁਹਾਡੇ ਲਈ ਆ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਫੀ ਬਿਜ਼ੀ ਜੇ ਤੁਹਾਡੇ ਕੋ ਸਮਾਂ ਨਹੀਂ ਹੈਗਾ ਜਿਮ ਜਾਣ ਦਾ ਜਾਂ ਈਵਨ ਕੁਕਿੰਗ ਕਰਨ ਦਾ ਸਮਾਂ ਨਹੀਂ ਹੈਗਾ ਤੁਹਾਡੇ ਕੋ ਬਿਜ਼ੀ ਲਾਈਫ ਸਟਾਈਲ ਕਰਕੇ ਇਹ ਟ੍ਰੇਨਿੰਗ ਤੁਹਾਡੇ ਲਈ ਆ ਜੇ ਤੁਹਾਨੂੰ ਫੂਡ ਵਧੀਆ ਲੱਗਦਾ ਹੋਆ ਯਾਨੀ ਕਿ ਤੁਸੀਂ ਤਾਂ ਨਹੀਂ ਹਾਲੇ ਤੱਕ ਆਪਣੀ ਟਰਾਂਸਫਰਮੇਸ਼ਨ ਕਰ ਪਾਈ ਜਾਂ weight lose ਕਰ ਪਾਈ ਕਿਉਂਕਿ ਤੁਸੀਂ ਆਪਣੇ ਫੇਵਰਿਟ ਫੂਡਸ ਜਿਹੜੇ ਉਹ ਗਿਵ ਅਪ ਨਹੀਂ ਕਰ ਪਾਉਨੇ ਹਨਾ ਤੁਸੀਂ ਇੰਡल्ज ਕਰਦੇ ਹੋ ਉਹਨਾਂ ਦੇ ਵਿੱਚ ਜੇ ਤੁਹਾਡੀ ਉਮਰ 22 ਸਾਲਾਂ ਤੋਂ ਉੱਤੇ ਆ ਤੁਹਾਡਾ ਟੈਸਟੋਸਟਰੋਨ ਜਿਹੜਾ ਲੋਅ ਆ ਜਿਹਦੇ ਕਰਕੇ ਤੁਹਾਡੀ ਜਿਹੜੀ ਸੈਕਸ ਡਰਾਈਵ ਆ ਉਹ ਵੀ ਲੋਅ ਹੋਊਗੀ ਤੁਹਾਡੇ ਸ਼ਰੀਰ ਤੇ ਲਵ ਹੈਂਡਲਸ ਆ ਜਾਂ ਐਕਸੈਸ ਬੈਲੀ ਫੈਟ ਆ ਜਾਂ ਡਬਲ ਚਿਨ ਆ ਜਾਂ ਤੁਹਾਡਾ ਮੂੰਹ ਚਬੀ ਆ ਜਿੱਦਾਂ ਮੈਂ ਪਿਛਲੀ ਫੋਟੋ ਦੇ ਵਿੱਚ ਦਿਖਾਇਆ ਸੀ ਜੇ ਤੁਹਾਡਾ ਮੂੰਹ ਇਦਾਂ ਦਾ ਵਾ ਇਹਦਾ ਮਤਲਬ ਕੀ ਤੁਸੀਂ ਆਪਣਾ ਜਿਹੜਾ ਫੂਡ ਆ ਤੁਹਾਨੂੰ ਉਹ ਨਹੀਂ ਪਤਾ ਲੱਗਣ ਰਿਹਾ ਤੁਸੀਂ ਕਿਹੜਾ ਖਾਣ ਦੇ ਜੇ ਜੋ ਤੁਹਾਨੂੰ ਦੀਦਾ ਤੁਸੀਂ ਖਾਈ ਜਾਂਦੇ ਜੇ ਤੁਹਾਡੇ ਚ ਕੌਨਫੀ ਦੇ ਨਾਲ ਖੁਸ਼ ਨਹੀਂ ਨਾ ਹੁੰਨੇ ਜਿਹੜੀ ਸਾਡੀ ਬੋਡੀ ਆ ਫਿਜ਼ੀਕਲ ਅਪੀਅਰੈਂਸ ਉਹ ਬ్రో ਹਮੇਸ਼ਾ ਲੋ ਸੈਲਫ ਇਸਟੀਮ ਨੂੰ ਜਨਮ ਦਿੰਦੀ ਆ ਤੇ ਲੋ ਕੌਨਫੀਡੈਂਸ ਨੂੰ ਜਨਮ ਦਿੰਦੀ ਆ ਉਸ ਤੋਂ ਬਾਅਦ ਆ ਜੇ ਤੁਸੀਂ ਮਸਲ ਬਿਲਡ ਕਰਨ ਦੇ ਵਿੱਚ ਸਟਰਗਲ ਕਰਦੇ ਜੇ ਤੁਸੀਂ ਸੋਚਦੇ ਤੁਸੀਂ ਸਭ ਕੁਝ ਟਰਾਈ ਕਰ ਲਿਆ ਸਾਰੇ ਸਪਲਿਟ ਟਰਾਈ ਕਰ ਲਿਆ ਫੂਡ ਟਰਾਈ ਕਰ ਲਿਆ ਭਾਰਤ ਤੁਸੀਂ ਆਪਣੇ ਆਪ ਦੇ ਮਸਲ ਮਾਸ ਜਿਹੜਾ ਉਹ ਪਾ ਨਹੀਂ ਸਕਣ ਨੇ ਇਹ ਟ੍ਰੇਨਿੰਗ ਦਾ ਡੈਲੀ ਆ ਹੁਣ ਇਹ ਟ੍ਰੇਨਿੰਗ ਕਿਹੜੇ ਬੰਦੇ ਲਈ ਨਹੀਂ ਆ ਸੋ ਜੇ ਤੁਸੀਂ ਇਸ ਕੈਟਾਗਰੀ ਦੇ ਵਿੱਚ ਹੁੰਦੇ ਜੇ ਚਾਂਸਸ ਆ ਕਿ ਤੁਹਾਨੂੰ ਇਸ ਫ੍ਰੀ ਟ੍ਰੇਨਿੰਗ ਦਾ ਕੋਈ ਫਾਇਦਾ ਨਹੀਂ ਹੋਣਾ ਨਾ ਹੀ ਤੁਹਾਡੀ ਲਾਈਫ 'ਚ ਕੋਈ ਇੰਪਰੂਵਮੈਂਟ ਹੋਣੀ ਹੈ ਸੋ ਤੁਸੀਂ ਭਾਵੇਂ ਨਾ ਹੀ ਵੇਖੋ ਜੇ ਤੁਹਾਨੂੰ ਲੱਗਦਾ ਵਾ ਕਿ ਇਹ ਟ੍ਰੇਨਿੰਗ ਵੇਖ ਕੇ ਤੁਹਾਡੀ ਜ਼ਿੰਦਗੀ ਓਵਰਨਾਈਟ ਜਾਂ ਹਫਤੇ ਦੇ ਵਿੱਚ ਚੇਂਜ ਹੋ ਜਾਣੀ ਹੈ ਤੁਹਾਡੀ ਫਿਜ਼ੀਕ ਜਿਹੜੀ ਐਪਸ ਨਿਕਲ ਆਉਣੇ ਆ ਇੱਕ ਦੋ ਹਫਤਿਆਂ ਦੇ ਵਿੱਚ ਇਹ ਟ੍ਰੇਨਿੰਗ ਤੁਹਾਡੇ ਲਈ ਨਹੀਂ ਹੈ ਕਿਉਂਕਿ ਰਿਜ਼ਲਟਸ ਨੂੰ ਹਮੇਸ਼ਾ ਸਮਾਂ ਲੱਗਦਾ ਵਾ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ 180 ਦਿਨ ਦਾ ਮਾਰਕ ਆ ਜਿਹੜਾ ਉਹ ਆਪਾਂ ਲੈ ਕੇ ਚੱਲਣਾ ਵਾ ਜੇ ਤੁਸੀਂ ਖ ਹਿੰ ওভার weight ਆ ਤੁਸੀਂ ਖੁਸ਼ ਆ ਆਪਣਾ ਜਿਹੜਾ ਤੁਹਾਡੇ ਤੇ ਬੈਨੀਫੈਟ ਆ ਤੁਹਾਨੂੰ ਵਧੀਆ ਲੱਗਦਾ ਜਦੋਂ ਤੁਹਾਡੀ ਟੀ-ਸ਼ਰਟ ਦੇ ਬਟਨ ਐ ਪੂਰੇ ਟੈਟ ਹੋਏ ਹੁੰਦੇ ਆ ਤੁਸੀਂ ਪਬਲਿਕ ਪਲੇਸਸ ਤੇ ਜਾਂਦੇ ਜੇ ਜਾਂ ਬੀਚ ਤੇ ਜਾ ਕੇ ਤੁਸੀਂ ਆਪਣੀ ਟੀ-ਸ਼ਰਟ ਨਹੀਂ ਲਾਉਂਦੇ ਤਾਂ ਇਹ ਖੋਸ਼ ਆ ਉਸ ਚੀਜ਼ ਨਾਲ ਫੇਰੇ ਟ੍ਰੇਨਿੰਗ ਤੁਹਾਡੇ ਲਈ ਨਹੀਂ ਹੈ ਜਿਹੜਾ ਪ੍ਰੂਵਨ ਮੈਥਡ ਮੈਂ ਤੁਹਾਨੂੰ ਦੱਸਣਾ ਲੀਨ ਲਾਈਫ ਮੈਥਡ ਜੇ ਤੁਸੀਂ ਉਹਦੇ ਨਾਲ ਕਮਿਟ ਨਹੀਂ ਕਰ ਸਕਦੇ ਆ ਇਹਦੇ ਵਿੱਚ ਮੈਂ ਏ ਟੂ ਜ਼ੈਡ ਉਸ ਮੈਥਡ ਨੂੰ ਐਕਸਪਲੇਨ ਕੀਤਾ ਹੋਇਆ ਹੈ ਜੇ ਤੁਸੀਂ ਉਹਨੂੰ ਫੋਲੋ ਨਹੀਂ ਕਰ ਸਕਦੇ ਫਿਰ ਇਹ ਜਿਹੜੀ ਟ੍ਰੇਨਿੰਗ ਆ ਉਹ ਤੁਹਾਡੇ ਲਈ ਨਹੀਂ ਹੈ ਦੱਸ ਦੋ ਹਾਂ ਕੌਣ ਹਨ ਜੇ ਤੁਸੀਂ ਮੈਨੂੰ ਜਾਣਦੇ ਜੇ ਜਾਂ ਮੇਰਾ ਕੰਟੈਂਟ ਕੰਜ਼ੂਮ ਕਰਦੇ ਜੇ ਤੁਹਾਨੂੰ ਪਤਾ ਹੋ ਮੈਂ ਗੌਰਿਆਂ ਬਾਅਦ ਮੈਂ ਕੁਇਕਲੀ ਇੰਟਰੋਡਕਸ਼ਨ ਦੇ ਦੇਣਾ ਹਾਂ ਅ ਇੰਟਰਨੈਸ਼ਨਲ ਸਟੂਡੈਂਟ 2011 ਦੇ ਅੰਦਰ ਵਿੱਚ ਨਿਊਜ਼ੀਲੈਂਡ ਆਇਆ ਹਾਂ ਤੇ ਵੱਡੇ ਸੁਪਨੇ ਲੈ ਕੇ ਆਇਆ ਹਾਂ ਮੇਰੇ ਕਾਫੀ ਪੂਰੇ ਵੀ ਹੋ ਗਏ ਆ ਉਤ ਬਾਅਦ 2018 ਦੇ ਵਿੱਚ ਮੈਂ ਪੁਲਿਸ ਦੇ ਵਿੱਚ ਹੋਇਆ ਹਾਂ ਆ ਮੇਰੀ 2011 ਦੀ ਫੋਟੋ ਆ ਕਾਫੀ ਗਾਲੋ ਕੀ ਟੀਨੇਜ ਅਜ ਦੇ ਵਿੱਚ ਤੇ ਜੇ ਬੰਦਾ ਮੈਚੁਰ ਵੀ ਨਹੀਂ ਹੋਇਆ ਹੁੰਦਾ ਉਤੋਂ ਬਾਅਦ ਫਿਰ ਜਦੋਂ ਮੈਂ ਦੱਸਣਾ 2018 ਦੇ ਵਿੱਚ ਮੈਂ ਪੁਲਿਸ ਦੇ ਵਿੱਚ ਜੌਬ ਸਟਾਰਟ ਕਰਤੀ ਸੀਗੀ ਤੇ 2020 ਦੇ ਵਿੱਚ ਮੈਂ ਆਪਣਾ ਜਿਹੜਾ ਬਿਜ਼ਨਸ ਆ ਉਹ ਸਟਾਰਟ ਕੀਤਾ ਆਨਲਾਈਨ ਫਿਟਨੈਸ ਕਾਚਿੰਗ ਦਾ ਮੇਰੇ ਖਿਆਲ ਨਾਲ ਵਨ ਆਫ ਦਾ ਵੈਰੀ ਫੈਸਟ ਪੀਪਲ ਅਪਰਨਿੰਗ ਕਮਿਊਨਿਟੀ ਦੇ ਵਿੱਚ ਜਿਨ੍ਹਾਂ ਨੇ ਆਨਲਾਈਨ ਪਰਸਨਲ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਤੇ ਜੇ ਆਪਾਂ ਗੱਲ ਕਰੀਏ ਪਿਛਲੇ ਦੋਹਾਂ ਸਾਲਾਂ ਦੀ 2022 ਤੋਂ ਲੈ ਕੇ ਤੇ 2024 ਤੱਕ ਬ్రో ਮੈਂ ਹੁਣ ਤੱਕ 10000 ਪਲੱਸ ਲੋਕਾਂ ਨਾਲ ਕਲਾਇੰਟਸ ਦੇ ਨਾਲ ਕੰਮ ਕਰ ਚੁੱਕਾ ਹਾਂ ਉਹਨਾਂ ਦੀਆਂ ਟਰਾਂਸਫਰਮੇਸ਼ਨਸ ਆ ਜਿਹੜੀਆਂ ਉਹ ਕਰ ਚੁੱਕਾ ਹਾਂ ਤੇ ਨਿੱਕੀ ਜਿਹੀ ਵੀਡੀਓ ਤੁਹਾਡੇ ਨਾਲ ਇੱਕ ਸ਼ੇਅਰ ਕਰਨੀ ਹੈ ਗੈਰੀ ਵੀਰੇ ਨੂੰ ਤੁਸੀਂ ਸਾਰੇ ਜਾਣਦੇ ਜੇ ਬਹੁਤ ਬਹੁਤ ਵਧੀਆ ਇਨਸਾਨ ਆ ਉਹਨਾਂ ਨਾਲ ਲਾਸਟ ਇਅਰ ਸੀਗਾ ਮੈਂ ਉੱਥੇ ਟ੍ਰੇਨਿੰਗ ਆਪਾਂ ਕੀਤੀ ਉਹਨਾਂ ਦਾ ਕੀ ਕਹਿਣਾ ਤੁਸੀਂ ਸੁਣ ਸਕਦੇ ਜੀ ਕਿਹਾ ਸਾਹਿਬ ਜੀ ਸਤਿ ਸ੍ਰੀ ਅਕਾਲ ਕਿੱਦਾਂ ਰਹੀ ਟ੍ਰੇਨਿੰਗ ਤੁਹਾਡੀ ਲੱਗੇ ਤੇ ਉਦਾਂ ਆਪਣੇ ਦੋ ਤਿੰਨ ਦਿਨੀਆਂ ਪਰ ਮੈਂ ਬਸ ਇੰਨਾ ਹੀ ਕਹਿਣਾ ਮੈਂ ਟ੍ਰੇਨਿੰਗ ਤਾਂ ਹੋਰ ਵੀ ਕਈ ਬੰਦੇ ਨੇ ਕੀਤੀ ਆ ਪਤਾ ਨਹੀਂ ਕੀ ਆ ਕਰਾਂ ਛੱਡਿਆ ਬੋੜੇ ਜਿਹੇ ਜਿੱਦ ਰਤ ਲੋ ਸਾਰਾ ਕੁਝ ਦੁਖੀ ਜਾਂਦਾ ਅੱਛਾ ਪਰ ਆ ਫੀਲ ਗੁੱਡ ਯਾ ਆ ਯੂ نو ਮੈਂ ਨੰਬਰ 2 ਦਾ ਰਿਕਰਡ ਮੈਂ ਜਦਾ 13 ਥਾਲਾਂ ਦਾ ਸੀ ਉਦੋਂ ਟ੍ਰੇਨਿੰਗ ਲੱਗਾ ਹੁਣ ਬਾਬਾ ਮੋਰ ਹੋ ਗਈ ਆ ਵਰਗੰਦਸਣੀ ਆ ਹਾਂਜੀ ਤੇ ਮੈਂ ਆਉਣਾ ਫਿਰ ਨਿਊਜ਼ੀਲੈਂਡ ਟ੍ਰੇਨਿੰਗ ਕਰਦੇ ਆ ਮੈਂ ਬੜੇ 6 ਪੈਕ ਕਰਦੇ ਕੱਢਦੇ ਨੇ ਆਪਾਂ 6 ਮਹੀਨੇ ਹਨਾ 6 ਮਹੀਨੇ ਲੱਗੇ ਬਾ ਚਲੋ ਚਲੋ ਮੈਂ ਪੁਗਰੀ ਵੀਡੀਓ ਫੇਰ ਪਾ ਦਾਂਗਾ ਇੰਸਟਾਗ੍ਰam ਤੇ ਕਿਤੇ ਭਾਰ ਜਸ ਵੈਰੀ ਵੈਰੀ ਲੱਕੀ ਤੇ ਗ੍ਰੇਟਫੁਲ ਗੈਰੀ ਵੀ ਰੀਅਲੀ ਵੈਰੀ ਡਾਊਨ ਟੂ ਅਰਥ ਭਾਈ ਤੇ ਚਲੋ ਅੱਗੇ ਵਧਦੇ ਆ ਇਹ ਤੇ ਹੋ ਗਈ ਮੇਰੀ ਗੱਲ ਹੁਣ ਰਿਪਡ ਹੋਣਾ ਜਾਂ ਲੀਨ ਹੋਣਾ ਜਿਹੜਾ ਇੱਕ ਹਿਡਨ ਟਰੂਥ ਕਹਾਂ ਲਵਗੀ ਜਿਹੜੀ ਚੀਜ਼ ਲੁਕਾਈ ਜਾਂਦੀ ਹੈ ਮੋਸਟਲੀ ਟ੍ਰੇਨਰਸ ਸ਼ੇਅਰ ਨਹੀਂ ਕਰਦੇ ਓਪਨਲੀ ਕਿਉਂਕਿ ਆਫਕੋਰਸ ਜਦੋਂ ਆਨਲਾਈਨ ਕੋਚਸ ਜਾਂ ਕੋਈ ਵੀ ਬੰਦਾ ਸੀਕਰੈਟਸ ਦੇਣੀਆਂ ਸ਼ੁਰੂ ਕਰ ਦਿੰਦਾ ਵਾ ਫਿਰ ਆਫਕੋਰਸ ਉਹਨਾਂ ਦਾ ਬਿਜ਼ਨਸ ਡਾਊਨ ਜਾਣਾ ਹਨ ਪਰ ਆਫਕੋਰਸ ਇਸ ਟ੍ਰੇਨਿੰਗ ਦੇ ਵਿੱਚ ਮੈਂ ਚਾਹੁੰਦਾ ਹਾਂ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਏ ਸਮਝ ਲੱਗ ਜਾਏ ਕਿ ਇਹ ਚੀਜ਼ਾਂ ਵਰਗ ਕਿਦਾਂ ਕਰਦੀਆਂ ਵਾ ਤੁਸੀਂ ਵੀ ਇੱਕ ਰਿਪਟ ਫਿਜ਼ੀਕ ਜਿਹੜੀ ਹਨਾ ਸਟ੍ਰੈਟਿਡ ਫਿਜ਼ੀਕ ਜਿਹੜੀ ਇਦਾਂ ਦੀ ਅਚੀਵ ਕਰ ਸਕਦੇ ਆ ਆਪਣੇ ਫੇਵਰਟ ਫੂਡ ਖਾ ਕੇ ਹੁਣ ਤੁਹਾਡੇ ਸਾਹਮਣੇ ਹੀ ਆ ਮੈਂ 2-3 ਹਫਤੇ ਪਹਿਲਾਂ ਹੀ ਦਬਲ ਗਏ ਚੀਡ ਚੀਡ ਗੀਤਾਪੁਰਾ ਚੀਡ ਮੇਲ ਨਹੀਂ ਫਿਰ ਵੀ ਬ੍ਰੋ ਮੇਰੇ ਐਪਸ ਵਿਜੀਬਲ ਆ ਹਨਾ ਸੋ ਤੁਹੀ ਵੀ ਇਹ ਚੀਜ਼ਾਂ ਕਰ ਸਕਦੇ ਜੇ ਕਿਉਂਕਿ ਰਿਜ਼ਲਟਸ ਨੂੰ ਮੇਨਟੇਨ ਕਰਨਾ ਬਹੁਤ ਸੌਖਾ ਵਾ ਇੱਕ ਵਾਰੀ ਆਪਾਂ ਆ ਮੈਥਡ ਰਾਹੀਂ ਲੰਘ ਗਏ ਨਾ ਰਿਜ਼ਲਟਸ ਅਚੀਵ ਕਰ ਲਏ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਈਜ਼ੀਲੀ ਮੇਨਟੇਨ ਕਰ ਸਕਦੇ ਜੇ ਤੇ ਉਹ ਵੀ ਮੈਂ ਤੁਹਾਨੂੰ ਸਿਖਾਉਂਗਾ ਕਿ ਆਪਾਂ ਉਹਨਾਂ ਨੂੰ ਕੰਟੀਨਿਊਸਲੀ ਮੇਨਟੇਨ ਕਿਦਾਂ ਰੱਖਣਾ ਵਾ ਸਭ ਤੋਂ ਵੱਡਾ ਡਾਇਕਰੀਜ਼ ਨੇ ਵੀ ਆ ਜਿਹੜੇ ਮੁੰਡੇ ਆ ਬੰਦੇ ਸਟਰਗਲ ਕਰਦੇ ਆ ਆਪਣੀ ਡ੍ਰੀਮਸ ਦੀ ਪੌਣ ਦੇ ਵਾਸਤੇ ਜਾਂ ਫਿਟਨੈਸ ਦੇ ਨਾਲ ਹੋਏ ਹੈਗੀ ਉਹ ਸਹੀ ਨਿਊਟ੍ਰੀਸ਼ਨ ਪਲ ਉਹ ਫੋਲੋ ਨਹੀਂ ਕਰਦੇ ਸਭ ਤੋਂ ਵੱਡੀ ਗੱਲ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਵਰਕਆਊਟ ਆ ਉਹ ਵੀ ਆਪਟੀਮਾਈਜ਼ ਨਹੀਂ ਉਹਨਾਂ ਦੇ ਗੋਲਸ ਦੇ ਹਿਸਾਬ ਨਾਲ ਉਹਨਾਂ ਦੇ ਖਿਆਲੋ ਕਿ ਬਿਜ਼ੀ ਲਾਈਫਸਟਾਈਲ ਦੇ ਸਾਬ ਦੇ ਨਾਲ ਤੇ ਉਹ ਪ੍ਰੋਪਰਲੀ ਸਾਰੇ ਵੱਖਰੇ ਵੱਖਰੇ ਮਸਲ ਗਰੂਪਸ ਹਿਟ ਨਹੀਂ ਕਰ ਪਾਉਂਦੇ ਅੱਗੇ ਮੈਂ ਸਟੈਪ ਬਾਈ ਸਟੈਪ ਲੀਨ ਲਾਈਫ ਮੈਥਡ ਜਿਹੜਾ ਉਹ ਬ੍ਰੇਕਡਾਊਨ ਕਰੂੰਗਾ ਤੁਹਾਡੇ ਲਈ ਜੇ ਤੁਸੀਂ ਇਹਨੂੰ ਇੰਪਲੀਮੈਂਟ ਕਰ ਲਓਗੇ ਆਪਣੀ ਲਾਈਫ ਦੇ ਵਿੱਚ ਰਿਜ਼ਲਟਸ ਗੈਰੰਟੀਡ ਆਪਸ ਤੁਸੀਂ ਚੀਟ ਮੀਲਸ ਜਾਂ ਆਪਣੇ ਫੇਵਰਿਟ ਫੂਡਸ ਜਿਹੜੇ ਉਹ ਵੀ ਕੰਟੀਨਿਊ ਕਿਹਾ ਲੋ ਰੱਖ ਸਕਦੇ ਜੇ ਤੇ ਸਟਿਲ ਤੁਸੀਂ ਆਪਣੀ ਫਿਜ਼ੀਕਲ ਉਨਵੀ ਮੇਨਟੇਨ ਰੱਖ ਸਕਦੇ ਜੇ ਸੋ ਜੇ ਤੁਸੀਂ ਉਹਨਾਂ ਲੋਕਾਂ ਜਾਂ ਉਹਨੇ ਜਿਹੜੇ ਫਰਸਟ੍ਰੇਟਡ ਆ ਜਾਂ ਤੁਹਾਨੂੰ ਲੱਗਦਾ ਤੁਸੀਂ ਸਭ ਕੁਝ ਟਰਾਈ ਕਰ ਲਿਆ ਵਾ ਪਰ ਕੁਝ ਵਰਕ ਨਹੀਂ ਕਰਨਿਆ ਬਰੋ ਆ ਸੋਲੂਸ਼ਨ ਜਿਹੜਾ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਵਾਂ ਇਹ ਮੈਂ ਬੜੇ ਟਾਈਮ ਦਾ ਆਪਣੇ ਆਪ ਤੇ ਆਪਣੇ ਕਲੈਂਟਸ ਤੇ ਅਪਲਾਈ ਕੀਤਾ ਹੋਇਆ ਵਾ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵਾਂ ਸੋ ਤੁਸੀਂ ਵੀ ਆਪਣੇ ਆਪ ਤੇ ਅਪਲਾਈ ਕਰਕੇ ਆਪਣੀ ਜਿਹੜੀ ਪ੍ਰੋਗਰੈਸ ਆ ਉੱਤੇ ਕੰਮ ਕਰ ਸਕਦੇ ਜੇ ਇਦਾਂ ਦਾ ਕੋਈ ਚੱਕਰ ਨਹੀਂ ਕਿ ਮੈਂ ਬੜਾ ਬਿਜ਼ੀ ਹਾਂ ਜਾਂ ਇਹ ਵਾਲਾ ਮੈਥਡ ਮੇਰੇ ਤੇ ਵਰਕ ਨਹੀਂ ਕਰਨਾ ਤੇ ਨਾ ਹੀ ਤੁਹਾਨੂੰ 2-2 ਘੰਟੇ 3-3 ਘੰਟੇ ਜਿਮ ਦੇ ਵਿੱਚ ਸਮਾਂ ਸਪੈਂਡ ਕਰਨ ਦੀ ਲੋੜ ਆ ਨਾ ਹੀ ਤੁਹਾਨੂੰ 3 ਦਿਨ ਘੰਟੇ ਚਾ 4 ਘੰਟੇ ਰੋਜ਼ ਗਾੜੀ ਉਤਾਰਨ ਦੀ ਲੋੜ ਆ ਨਾ ਹੀ ਤੁਹਾਡੇ ਜੈਨੇਟਿਕਸ ਜਿਹੜੇ ਜਾਂ ਜੈਨੇਟਿਕਸ ਜੋ ਵੀ ਹੁੰਦੇ ਹਨ ਨੂੰ ਅੰਗਰੇਜ਼ੀ ਨਹੀਂ ਬੋਲਣੀ ਹੁੰਦੀ ਹੈ ਕਿਤੇ ਉਹ ਬੜੇ ਐਕਸਟਰਾਔਰਡਨਰੀ ਹੋਣ ਤੇ ਫੇਰ ਹੀ ਤੁਸੀਂ ਇਸ ਮੈਥਡ ਦੇ ਵਿੱਚ ਸਕਸੈਸਫੁਲ ਹੋ ਸਕਦੇ ਜੇ ਨਹੀਂ ਤੁਹਾਨੂੰ ਮੈਂ ਅੱਗੇ ਜਾ ਕੇ ਆਪਣੀ ਫੋਟੋ ਵੀ ਖੋਹਣਾ ਮੈਂ ਆਪਣੇ ਜੀਨਸ ਸ਼ੇਅਰ ਕਰੂੰਗਾ ਤੁਹਾਡੇ ਨਾਲ ਤੇ ਮੈਂ ਆਪਣੀ ਕਹਾਂ ਲੋਗੀ ਫਿਜ਼ੀ ਉਨਾ ਜੀਨਸ ਤੋਂ ਤੁਸੀਂ ਵੀ ਕਰ ਸਕਦੇ ਜੇ ਜੇ ਮੈਂ ਕਰ ਸਕਦਾ ਹਾਂ ਆਹ ਭਲਵਾਨ ਨੇ 8 ਹਫ਼ਤਿਆਂ ਦੇ ਵਿੱਚ ਵਿੱਚ ਆਹ ਚੀਜ਼ ਅਚੀਵ ਕੀਤੀ ਹੈ ਇਸ ਮੈਥਡ ਦੇ ਨਾਲ ਸੋ ਆਪਣਾ ਜਿਹੜਾ ਬੈਸਟ ਵਰਜਨ ਹਨ ਤੁਸੀਂ ਉਹ ਬਣ ਸਕਦੇ ਜੇ bro ਬਸ ਐਸ ਲੌਂਗ ਐਸ ਤੁਸੀਂ ਆ ਮੈਥਡ ਫੋਲੋ ਕਰਦੇ ਜੇ ਹੁਣ ਆਫਕੋਰਸ ਹਰ ਬੰਦਾ ਚਾਹੁੰਦਾ ਹਰ ਮੁੰਡਾ ਚਾਹੁੰਦਾ ਕਿ bro ਜਿੱਥੇ ਵੀ ਉਹ ਜਾਵੇ ਲੋਕੀਓ ਨੂੰ ਨੋਟਿਸ ਕਰਨ ਹਨਾ ਲੋਕੀਓ ਦੀ ਰਿਸਪੈਕਟ ਕਰਨ ਹਨਾ ਪਰ ਮੈਂ ਤੁਹਾਨੂੰ ਵਿਖਾਉਂਗਾ ਇਸ ਮੈਥਡ ਦੇ ਵਿੱਚ ਕਿ ਉਹ ਚੀਜ਼ ਕਿੱਦਾਂ ਜਿਵੇਂ ਬਲੱਅ ਸਪੈਸ਼ਲੀ ਆਪਣੀ ਫਿਜ਼ੀਕ ਨੂੰ ਫਿਜ਼ੀਕਲ ਹੈਲਥ ਨੂੰ ਫਿਟਨੈਸ ਨੂੰ ਲੈ ਕੇ ਤੇ ਜਿਹੜੀਆਂ ਨੋਰਮਲ ਪ੍ਰੋਬਲਮਸ ਆ ਜਿੰਨਾਂ ਬਾਰੇ ਮੈਂ ਪਹਿਲਾਂ ਗੱਲ ਕੀਤੀ ਸੀ ਉਹਨਾਂ ਨੂੰ ਆਪਾਂ ਕਿੱਦਾਂ ਅਵੋਇਡ ਕਰ ਸਕਦੇ ਆ ਇਸ ਮੈਥਡ ਨੂੰ ਫੋਲੋ ਕਰਨ ਤੋਂ ਬਾਅਦ ਤੁਸੀਂ weight lose ਜਦੋਂ ਕਰ ਲਿਆ ਨਾ ਮੈਂ ਲੈ ਕੇ ਦੇ ਸਕਦਾ ਤੁਹਾਨੂੰ ਲੋਕ ਕੀ ਕੰਪਲੀਮੈਂਟਸ ਜਿਹੜੇ ਉਹ ਕੰਟੀਨਿਊਸਲੀ ਦੇਣਗੇ ਰੀਜ਼ਨ ਉਹਦਾ ਇਹ ਹੈ ਕਿ ਜਦੋਂ ਵੀ ਕੋਈ ਇਨਸਾਨ ਚੇਂਜ ਬਿੰਦਾ ਵੰਦਾ ਵਾ ਨਾ ਡਰਾਸਟਿਕ ਚੇਂਜ ਬਿੰਦਾ ਵਾ ਕਿਸੇ ਦੀ ਲਾਈਫ ਦੇ ਵਿੱਚ ਜਾਂ ਲਾਈਫ ਸਟਾਈਲ ਦੇ ਵਿੱਚ ਜਾਂ ਫਿਟਨੈਸ ਦੇ ਵਿੱਚ ਹਮੇਸ਼ਾ ਉਹ ਇਨਸਾਨ ਆ ਕੇ ਤੁਹਾਨੂੰ ਪੁੱਛੂਗਾ ਬ੍ਰੋ ਤੂੰ ਕਿਦਾਂ ਕੀਤਾ ਹਨ ਤੇ ਉਹ ਇੱਕ ਕਹਿ ਲਓ ਕਿ ਜਦੋਂ ਸਾਨੂੰ ਆ ਕੇ ਪੁੱਛਦਾ ਕੋਈ ਕਿ ਤੂੰ ਆ ਚੀਜ਼ ਕਿਦਾਂ ਕੀਤੀ ਹੈ ਦੈਟਸ ਲਾਈਕ ਅ ਹਿਡਨ ਕੰਪਲੀਮੈਂਟ ਸੋ ਕੰਪਲੀਮੈਂਟਸ ਤੁਹਾਡੇ ਵੱਲ ਰੋਜ਼ ਆਉਣਗੇ ਤੁਸੀਂ ਬਸ ਇਨੂੰ ਫੋਲੋ ਕਰ ਲਿਓ ਤੇ ਆਫ ਕੋਰਸ 10% ਬੋਡੀ ਵੇਟ ਤੁਸੀਂ 180 ਦਿਨਾਂ ਦੇ ਵਿੱਚ ਵਿੱਚ ਲੂਜ਼ ਕਰ ਸਕਦੇ ਜੇ ਤੇ ਉਹ ਵੀ ਬਿਨਾ ਆਪਣੇ ਫੇਵਰਿਟ ਫੂਡਸ ਜਿਹੜੇ ਗਿਵ ਅਪ ਕੀਤੇ ਆ ਤੇ ਸਿਰਫ 4 ਘੰਟੇ ਹਫਤੇ ਦੇ ਵਿੱਚ ਜਿਮ ਜਾ ਕੇ लीन ਲਾਈਫ ਮੈਥਡ ਆ ਮਾੜਾ ਜ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਫਿਰ ਮੈਂ ਬ੍ਰੇਕਡਾਊਨ ਕਰਦਾ ਇਹਨੂੰ ਕਿ ਇਹ bro ਮੈਂ ਖੁਦ ਡਿਵੈਲਪ ਕੀਤਾ ਵਾ ਪਿਛਲੇ 10-11 ਸਾਲ ਜਿਹੜੀ ਮੈਂ ਟ੍ਰੇਨਿੰਗ ਕੀਤੀ ਹੈ ਉਸ ਤੋਂ ਬਾਅਦ ਕਹ ਲੋ ਕਿ ਇਹਦਾ ਜਰਮ ਹੋਇਆ ਲੀਨ ਲਾਈਫ ਮੈਥਡ ਦਾ ਤੇ ਇਹਦੇ ਕਰਕੇ ਹੀ ਮੇਰੇ ਕਲਾਇੰਟਸ ਆ ਜਿਹੜੇ ਉਹਨਾਂ ਨੂੰ ਰਿਜ਼ਲਟਸ ਮਿਲਦੇ ਆ ਤੇ ਨਾ ਹੀ ਉਹਨਾਂ ਨੂੰ ਆਪਣੇ ਫੇਵਰਿਟ ਫੂਡ ਗਿਵ ਅਪ ਕਰਨ ਦੀ ਲੋੜ ਆ ਨਾ ਹੀ ਕਾਰਡੀਓ ਜ਼ਿਆਦਾ ਕਰਨ ਦੀ ਲੋੜ ਆ ਨਾ ਹੀ ਉਹਨਾਂ ਨੂੰ ਸੱਤੇ ਦਿਨ ਜਿਮ ਜਾਣ ਦੀ ਲੋੜ ਆ bro ਹਨਾ ਕਿਉਂਕਿ ਇਹੋ ਹੀ ਮੇਨ ਜਿਹੜਾ ਲੀਨ ਲਾਈਫ ਆ ਉਹਦਾ ਮੋਟੋ ਮੇਰੇ ਲਈ ਇਹ ਕੀ ਕੋਈ ਐਸੀ ਚੀਜ਼ ਕ੍ਰੀਏਟ ਕੀਤੀ ਜਾਵੇ ਜਿਹੜੀ ਲੋਕੀ ਆਪਣੀ ਲਾਈਫ ਦੇ ਵਿੱਚ ਇਨਕੋਰਪੋਰੇਟ ਕਰ ਸਕਣ ਇਹ ਨਹੀਂ ਹੈ ਕਿ ਹਾਂ ਮੈਂ ਤੇ 3 ਮਹੀਨਿਆਂ ਚੀਜ਼ ਫੋਲੋ ਕਰ ਲਈ ਤੇ ਉਸ ਤੋਂ ਬਾਅਦ ਫੇਰ ਮੈਂ ਵਾਪਸ ਜਿਹੜਾ ਪਹਿਲੀ ਸਟੇਜ ਦੇ ਵਿੱਚ ਸੀਗਾ ਹਨਾ ਉੱਥੇ ਪਹੁੰਚ ਗਿਆ ਨਹੀਂ ਨਾਲ ਦਾ ਨੂੰ ਸਟੈਪ ਬਾਈ ਸਟੈਪ ਜਿਹੜਾ ਸਾਰਾ ਪ੍ਰੋਸੈਸ ਆ ਉਹ ਵਿਖੋਣਾ ਵਾ ਕਿ ਆਪਾਂ ਜਿਹੜਾ ਲੀਨ ਲਾਈਫ ਮੈਥਡ ਆ ਉਹਨੂੰ ਕਿਦਾਂ ਫੋਲੋ ਕਰਦੇ ਆ ਤੇ ਇਹਨੂੰ ਆਪਾਂ ਦੋਵਾਂ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਵਾ ਪਹਿਲਾ ਹਿੱਸਾ ਵਾ ਰੀਸੈਟ ਫੇਸ ਜਿਹੜਾ ਇੱਥੇ ਤਾਂ ਮੇਰੀ ਫੋਟੋ ਵੇਖਣ ਦੇ ਜੇ ਇਹ ਜਦੋਂ ਮੈਂ ਰੀਸੈਟ ਫੇਸ ਸ਼ੁਰੂ ਕੀਤਾ ਸੀ ਉਦੋਂ ਦੀ ਆ ਤੇ ਦੂਜਾ ਜਿਹੜਾ ਸਟੈਪ ਆ ਉਹ ਵਾ ਪਾਵਰ ਫੇਸ ਇਹਨਾਂ ਦੋਵਾਂ ਸਟੈਪਸ ਦੇ ਵਿੱਚ ਤਿੰਨ ਜਿਹੜੀਆਂ ਇੰਪੋਰਟੈਂਟ ਗਾਈਡਲਾਈਨਸ ਆਪਾਂ ਨੂੰ ਫੋਲੋ ਕਰਨ ਦੀ ਲੋੜਾ ਉਹਨਾਂ ਬਾਰੇ ਅੱਗੇ ਗੱਲ ਕਰਦੇ ਆ ਕਿ ਪਹਿਲੀ ਤੇ ਹੋਗੀ ਟ੍ਰੇਨਿੰਗ ਉਤਮਾਦ ਹੋ ਗਿਆ ਆਪਣਾ ਨਿਊਟ੍ਰੀਸ਼ਨ ਤੇ ਰਿਕਵਰੀ ਇਹਨਾਂ ਨੂੰ ਮੈਂ ਬ੍ਰੇਕਡਾਊਨ ਕਰਦਾ ਅਗਲੀ ਸਲਾਈਡ ਦੇ ਵਿੱਚ ਸੋ ਜਿਹੜਾ ਰੀਸੈਟ ਫੇਸ ਆ ਨਾ ਉਹਦੇ ਵਿੱਚ ਆਪਾਂ ਅਰਾਊਂਡ 90 ਤੋਂ 120 ਦਿਨ ਲਈ ਰਹਿਨੇ ਆ ਉਹਦੇ ਵਿੱਚ ਆਪਣਾ ਗੋਲ ਇਹੋ ਹੀ ਹੈ ਕਿ ਆਪਾਂ ਵੱਧ ਤੋਂ ਵੱਧ ਜਿਹੜੀ ਬੋਡੀ ਫੈਟ ਉਹ ਡ੍ਰੌਪ ਕਰ ਸਕੀਏ ਹੁਣ ਤੁਸੀਂ ਇੱਥੇ ਵੇਖ ਸਕਦੇ ਮੇਰੇ ਐਪਸ ਉਵੇਂ ਮਤਲਬ ਇੱਥੇ ਮੇਰੀ ਬੋਡੀ ਫੈਟ ਹੋ ਗਈ ਆਰਾਊਂਡ 8 9 ਹੋ ਗਈ 8 ਕੋ ਹੋ ਗਈ ਜਾਂ ਮੈਂ ਉਦੋਂ ਮੈਜ਼ਰ ਨਹੀਂ ਕੀਤੀ ਤੇ ਇਹਦੇ ਵਿੱਚ ਆਪਾਂ ਕੋਸ਼ਿਸ਼ ਕਰਨੀ ਆਪਣੀਆਂ ਰੈਪ ਰੇਂਜਸ ਜਿਹੜੀਆਂ ਤੇ ਵਰਕਆਊਟਸ ਦੀ ਵੋਲਿਊਮ ਹਾਈ ਰੱਖੀਏ ਤੇ ਆਪਣਾ ਫੂਡ ਇਨਟੇਕ ਆ ਜਿਹੜਾ ਜਿਹੜੀਆਂ ਕੈਲਰੀਜ਼ ਹਨਾ ਉਹਨਾਂ ਨੂੰ ਥੋੜਾ ਡ੍ਰੌਪ ਕਰਕੇ ਰੱਖੀਏ ਤੇ ਜਿਹੜਾ ਪਾਵਰ ਫੇਜ਼ ਆ ਉਹ ਲਾਸਟ ਕਰਦਾ ਵਾ 60 ਤੋਂ 90 ਦਿਨਾਂ ਵਾਸਤੇ ਜਦੋਂ ਆ ਫੇਜ਼ ਖਤਮ ਹੋ ਜਾਂਦਾ ਵਾ ਤੇ ਉਹਦੇ ਵਿੱਚ ਆਪਾਂ ਫੋਕਸ ਆਪਣਾ ਹੁੰਦਾ ਵਾ ਕਿ ਆਪਾਂ ਲੀਨ ਬਲਕਿੰਗ ਤੇ ਫੋਕਸ ਰੱਖੀਏ ਉਹਦੇ ਵਿੱਚ ਰੈਪ ਰੇਂਜ ਜਿਹੜੀਆਂ ਵਰਕਆਊਟ ਦੀਆਂ ਜਾਂ ਵੋਲਿਊਮ ਘੱਟ ਵਾ ਪਰ ਆਪਾਂ ਉਹਦੇ ਵਿੱਚ weight ਹੈਵੀ ਚੁੱਕਣ ਦੇ ਆ ਤੇ ਜਿਹੜਾ ਫੂਡ ਇਨਟੇਕ ਆ ਨਾ ਕੈਲਰੀਜ਼ ਉਹਨਾਂ ਨੂੰ ਆਪਾਂ ਥੋੜਾ ਜਿਹਾ ਵਧਾ ਲੈਣੇ ਆ ਹੁਣ ਗੱਲ ਕਰਦੇ ਆਂ ਟ੍ਰੇਨਿੰਗ ਦੀ ਨਿਊਟ੍ਰੀਸ਼ਨ ਦੀ ਤੇ ਰਿਕਵਰੀ ਦੀ ਜਿਹੜੇ ਤਿੰਨ ਕੀ ਕੰਪੋਨੈਂਟਸ ਦੀ ਮੈਂ ਗੱਲ ਕਰ ਰਿਹਾ ਹਾਂ ਹੁਣ ਟ੍ਰੇਨਿੰਗ ਦੇ ਵਿੱਚ ਪਹਿਲੀ ਗੱਲ ਹੁੰਦੀ ਹੈ ਇੰਟੈਂਸਿਟੀ ਕਿ ਤੁਸੀਂ ਭਾਰ ਕਿੰਨਾ ਚੁੱਕਣ ਦੇ ਜੇ ਉਤਮ ਬਾਦ ਤੁਸੀਂ ਰੈਪਸ ਕਿੰਨੀਆਂ ਲਾ ਰਹੇ ਜੇ ਤੇ ਰੈਸਟ ਕਿੰਨੀ ਲੈ ਰਹੇ ਜੇ ਹਨਾ ਹੁਣ ਇਹ ਤਿੰਨੇ ਚੀਜ਼ਾਂ ਇੰਪੋਰਟੈਂਟ ਆ ਜੇ ਤੁਸੀਂ ਹੌਲਾ ਵੇਢ ਚੁੱਕੀ ਜਾਓਗੇ ਤੁਹਾਡੀ ਗਰੋਥ ਨਹੀਂ ਹੋਣੀ ਹਨਾ ਉਸੇ ਤਰ੍ਹਾਂ ਦੂਜੇ ਬੰਨੇ ਜੇ ਆਪਾਂ ਰੈਪਸ ਘੱਟ ਲਾਵਾਂਗੇ ਕਿ ਆਪਣਾ ਗੋਲ ਆ ਕਿ ਆਪਾਂ ਆਪਣੇ ਮਸਲਸ ਨੂੰ ਬ੍ਰੇਕਡਾਊਨ ਕਰਨਾ ਹੋ ਤਾਂ ਕਿ ਉਹ ਗਰੋ ਹੋ ਸਕਣ ਇੱਕ ਹੋਰ ਜਿਹੜੀ ਹੁੰਦੀ ਹੈ ਪ੍ਰੋਗਰੈਸਿਵ ఓਵਰਲੋਡ ਜਿਹੜੀ ਕੀ ਚੀਜ਼ ਬੜੀ ਇੰਪੋਰਟੈਂਟ ਹੈ ਸਪੈਸ਼ਲੀ ਪਾਵਰ ਫੇਸ ਦੇ ਵਿੱਚ ਉਹ ਮੈਂ ਤੁਹਾਨੂੰ ਉੱਥੇ ਜਾ ਕੇ ਦੱਸੂਗਾ ਜਦੋਂ ਪਾਵਰ ਫੇਸ ਦੀ ਵਾਰੀ ਆਈ ਸੋ ਉਸ ਤੋਂ ਬਾਅਦ ਹੁੰਦੀ ਹੈ ਆਪਣੀ ਟ੍ਰੇਨਿੰਗ ਦੇ ਵਿੱਚ ਫਾਰਮ ਕਿ ਤੁਸੀਂ ਕੋਈ ਵੀ ਚੀਜ਼ ਜਿਹੜੀ ਡੰਬਲ ਹੋ ਗਏ ਜਾਂ ਬਾਰਬਲ ਹੋ ਗਈ ਉਹਨੂੰ ਗ੍ਰਿਪ ਕਿਦਾਂ ਕਰ ਰਹੇ ਜੇ ਆਪਣੀ ਰੈਪ ਪਰਫਾਰਮ ਕਿਦਾਂ ਕਰ ਰਹੇ ਜੇ ਪ੍ਰੋਪਰ ਟੈਕਨੀਕ ਦੇ ਨਾਲ ਆਪਣਾ ਪੋਸਚਰ ਜਿਹੜਾ ਤੁਸੀਂ ਸਹੀ ਰੱਖਣ ਦੇ ਜੇ ਤਾਂ ਕਿ ਤੁਸੀਂ ਇੰਜਰੀਜ਼ ਅਵੋਇਡ ਕਰ ਸਕੋ ਉਸ ਤੋਂ ਬਾਅਦ ਹੁੰਦੀ ਹੈ ਤੁਹਾਡੇ ਐਕਸਰਸਾਈਜ਼ ਦੀ ਸਿਲੈਕਸ਼ਨ ਹਨਾ ਤੁਹਾਡੇ ਜਿਹੜੇ ਸੈਟਸ ਆ ਉਹ ਪਲਾਨ ਹੋਣੇ ਚਾਹੀਦੇ ਆ ਰੈਪਸ ਪਲਾਨ ਹੋਣੀਆਂ ਚਾਹੀਦੀਆਂ ਉਹ ਤੁਹਾਡਾ ਵਰਕਆਊਟ ਪੂਰਾ ਆਰਗੇਨਾਈਜ਼ ਹੋਣਾ ਚਾਹੀਦਾ ਇਹ ਲਈ ਦੇ ਬੋਡੋਰ ਵਰਗ ਜਾਂ ਫਿਰ ਚੈਸ ਲਾ ਲਈ ਹਨ ਜੇ ਜਿੱਦਾਂ ਇਸ ਮੈਥਡ ਦੇ ਵਿੱਚ ਆਪਾਂ ਨੂੰ ਸਿਰਫ ਤਿੰਨ ਤੋਂ ਚਾਰ ਦਿਨ ਜਿੰਮ ਜਾਣ ਦੀ ਲੋੜ ਆ ਤੁਹਾਡਾ ਜਿਹੜਾ ਪ੍ਰੋਗਰਾਮ ਆ ਉਸ ਹਿਸਾਬ ਨਾਲ ਸੈਟਅਪ ਹੋਣਾ ਚਾਹੀਦਾ ਵਾ ਕਿ ਉਹਨਾਂ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ ਤੁਸੀਂ ਆਪਣੇ ਸਾਰੇ ਮਸਲ ਗਰੂਪਸ ਜਿਹੜੇ ਹਿੱਟ ਕਰ ਸਕੋ ਫਿਰ ਉਹਦਾ ਟ੍ਰੇਨਿੰਗ ਦੇ ਅੰਡਰ ਕਾਰਡੀਓ ਕਾਰਡੀਓ ਕਹਿ ਲਓਗੇ ਤੁਸੀਂ 10 ਤੋਂ 15 ਮਿੰਟ ਦੀ ਵੋਕ ਆ ਜਿਹੜੀ ਆਪਣੀ ਆਪਣੀ ਲਾਈਫ ਸਟਾਈਲ ਐਡ ਕਰ ਸਕਦੇ ਜੇ ਤੁਹਾਡੇ ਹਾਰਟ ਵੀ ਵਧੀਆ ਹੋ ਕਾਰਡੀਓ ਵਾਸਕੂਲਰ ਆਪਣੀ ਜੜੀ ਐਬਿਲਿਟੀ ਹੈ ਉਹਦੇ ਲਈ ਬਹੁਤ ਵਧੀਆ ਚੀਜ਼ ਆ ਦੂਜੀ ਚੀਜ਼ ਆ bro ਨਿਊਟ੍ਰੀਸ਼ਨ ਅਗੇਨ ਜਿੱਦਾਂ ਮੈਂ ਪਿਛੇ ਵੀ ਦੱਸ ਚੁੱਕਾ ਹਾਂ ਕਿ ਨਿਊਟ੍ਰੀਸ਼ਨ ਇੱਕ ਕੈਲੋਗੀ ਬੜਾ ਤਗੜਾ ਪਿਲਰ ਆ ਲੀਨ ਲਾਈਫ ਮੈਥਡ ਦਾ ਨਿਊਟ੍ਰੀਸ਼ਨ ਇੱਕ ਬਹੁਤ ਤਗੜਾ ਪਿਲਰ ਆ ਤਿੰਨੇ ਹੀ ਐਜ਼ ਇੰਪੋਰਟੈਂਟ ਆ ਹਨਾ ਤੇ ਇਹਨਾਂ ਤਿੰਨਾਂ ਤੋਂ ਬਿਨਾ ਜਿਹੜਾ ਲੀਨ ਲਾਈਫ ਮੈਥਡ ਆ ਤੁਸੀਂ ਉਹ ਸਕਸੈਸਫੁਲ ਨਹੀਂ ਹੋ ਸਕਦੇ ਨਿਊਟ੍ਰੀਸ਼ਨ ਦੇ ਅੰਦਰ ਸਭ ਤੋਂ ਪਹਿਲੀ ਚੀਜ਼ ਆ bro ਮੈਕਰੋਸ ਮੈਕਰੋਸ ਕੀ ਹੁੰਦੇ ਆ ਜਦੋਂ ਕਾਬਜ਼ ਹੋ ਗਏ ਪ੍ਰੋਟੀਨਸ ਹੋ ਗਏ ਐਂਡ ਫੈਟਸ ਹੋ ਗਏ ਹਨਾ ਸਾਨੂੰ ਚਾਹੀਦੇ ਹੈ ਡਿਪੈਂਡ ਕਰਦਾ ਤੁਹਾਡਾ ਗੋਲ ਕੀ ਹੈ ਇਹਦੇ ਵਿੱਚ ਲੀਨ ਲਾਈਫ ਮੈਥਡ ਦੇ ਵਿੱਚ ਆਪਾਂ ਜਿਹੜੇ ਮੈਕਰੋਜ਼ ਆ ਉਹ ਆਪਾਂ ਆਪਟੀਮਲ એનર્ਜੀ ਦੇ ਵਾਸਤੇ ਤੇ ਮਸਲ ਗਰੋਥ ਲਈ ਤੇ ਫੈਟ ਲੂਜ਼ ਕਰਨ ਦੇ ਵਾਸਤੇ ਡਿਪੈਂਡ ਕਰਦਾ ਫੇਸ ਕਿਹੜਾ ਚੱਲਣ ਡਿਆ ਉਹ ਸਭ ਨਾਲ ਆਰਗੇਨਾਈਜ਼ ਕਰਕੇ ਰੱਖਦੇ ਆ ਉਸ ਤੋਂ ਬਾਅਦ ਹੁੰਦੀ ਨਿਊਟ੍ਰੀਸ਼ਨ ਅੰਡਰ ਤੁਹਾਡੀ ਮੀਲ ਸੈLECTION ਕਿ ਤੁਸੀਂ ਨਿਊਟ੍ਰੀਸ਼ਸ ਫੂਡ ਖਾ ਰਹੇ ਜੇ ਹੁਣ ਨਿਊਟ੍ਰੀਸ਼ਸ ਫੂਡ ਕੀ ਹੁੰਦੇ ਆ ਇੱਕ ਪਾਸੇ ਤੁਸੀਂ ਕਹ ਲੋ ਕਿ ਵਾਟਰਮੈਲਨ ਖਾਣਦੇ ਆਂ ਦੂਜੇ ਪਾਸੇ ਤੁਸੀਂ ਖਾ ਰਹੇ ਆਂ ਸਿਰਫ ਚਿਪਸ ਦਾ ਬੈਗ ਹੁਣ ਚਿਪਸ ਦਾ ਬੈਗ ਨਿਊਟ੍ਰੀਸ਼ਸ ਫੂਡ ਨਹੀਂ ਆ ਬ੍ਰੋ ਫਰੂਟ ਇਜ਼ ਸਟਿਲ ਬੈਟਰ ਤੇ ਉਸ ਤੋਂ ਬਾਅਦ ਹੁੰਦੀ ਤੁਹਾਡੀ ਮੀਲ ਦੀ ਟਾਈਮਿੰਗ ਕੀ ਤੁਸੀਂ ਤੈਨੂੰ ਵਰੀਂ ਖਾ ਰਹੇ ਜੇ 4 ਵਰੀਂ ਦਾੜੀ ਚ ਮੀਲ ਖਾ ਰਹੇ ਜੇ ਜਾਂ ਕਿੰਨੇ ਕਿੰਨੇ ਘੰਟੇ ਬਾਅਦ ਖਾ ਰਹੇ ਜੇ लीन ਲਾਈਫ ਮੈਥਡ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਫ ਕੋਰਸ ਐਕਸਪਲੇਨ ਕੀਤੀਆਂ ਗਈਆਂ ਪਰ ਤੁਹਾਨੂੰ ਖੁਦ ਕਹਿ ਲਓ ਕਿ ਇੱਕ ਟੈਲੀ ਰੱਖਣੀ ਪਣੀਗੀ ਹਾਂ ਮੈਂ ਰੋਜ਼ ਤਿੰਨ ਮੀਲ ਖਾਣੇ ਆ ਤਿੰਨ ਦਿਨ ਘੰਟੇ ਬਾਅਦ ਜਾਂ 6 ਸੈਕਿੰਡ ਦੇ ਬਾਅਦ ਪਰ ਅੰਦਰ ਦਾ ਡੇ ਐਸ ਲੌਂਗ ਐਸ ਆਪਾਂ ਹਾਡਾ ਮੇਨ ਜਿਹੜਾ ਫੋਕਸ ਮੈਕਰੋਸ ਤੇ ਹੈਗੀ ਆ ਆਪਾਂ ਆਪਣੇ ਮੈਕਰੋਸ ਹਿੱਟ ਕਰਨੇ ਆ ਮੀਲ ਟਾਈਮਿੰਗ ਜਿਹੜੀ ਉਹ ਕਹ ਲਓ ਕਿ ਇੰਨਾ ਇਫੈਕਟ ਨਹੀਂ ਪੁੰਦੀ ਜਿੰਨੇ ਮੈਕਰੋਸ ਪੋਂਦੇ ਆ ਕਿਉਂਕਿ ਜੇ ਆਪਾਂ ਨੇ ਮੈਕਰੋਸ ਉੱਤੇ ਥੱਲੇ ਜਾਂ ਕੈਲਰੀਜ਼ ਉੱਤੇ ਥੱਲੇ ਜਾਂ ਫਿਰ ਸਾਡੀ ਗਰੋਥ ਨਹੀਂ ਹੋਣੀ ਜਾਂ ਜਿਹੜਾ ਵੀ ਸਾਡਾ ਗੋਲ ਆ ਜਾਂ ਇਸ ਮੈਥਡ ਦੇ ਹਿਸਾਬ ਨਾਲ ਜਿਹੜੇ ਵੀ ਫੇਸ ਦੇ ਵਿੱਚ ਆਪਾਂ ਹੈਗੇ ਆ ਉਹ ਆਪਣਾ ਫੇਸ ਕਹ ਲਓ ਕਿ ਕ੍ਰੈਸ਼ ਹੋ ਜਾਣਾ ਹੁਣ ਤੋਂ ਬਾਅਦ ਹੁੰਦੇ ਚੀਟ ਮੀਲਸ ਇਵਨ ਜਦੋਂ ਮੈਂ ਰੀਸੈਟ ਫੇਸ ਦੇ ਵਿੱਚ ਸੀਗਾ ਜਿਹਦਾ ਮੇਨ ਗੋਲ ਆ ਕਿ ਵੱਤੋਂ ਬੋਡੀ ਫੈਟ ਡ੍ਰੌਪ ਹੋ ਸਕੇ ਤੁਹਾਡੀ ਹਨਾ ਉਦੋਂ ਵੀ ਕਹ ਲੋ ਕਿ ਮੈਂ ਇੱਕ ਤੋਂ ਦੋ ਚੀਟ ਮੀਲਸ ਹਫਤੇ ਦੇ ਵਿੱਚ ਖਾ ਰਿਆ ਹਾਂ ਤੁਸੀਂ ਵੀ ਖਾ ਸਕਦੇ ਜੇ ਰਿਕਵਰੀ ਦੀ ਗੱਲ ਹੁੰਦੀ ਹੈ ਬ్రో ਸਭ ਤੋਂ ਵੱਡੀ ਗੱਲ ਮੈਂ ਆਪਣੇ ਕਲਾਇੰਟਸ ਨੂੰ ਵੀ ਇਹੋ ਕਹਿੰਨਾ ਵਾਂ ਕਿ ਜੜੀ ਦਾ ਡੀ ਸਲੀਪ ਦੀ ਕੁਆਲਿਟੀ ਉਹ ਬੜੀ ਮੈਟਰ ਕਰਦੀ ਆ ਸਪੈਸ਼ਲੀ ਜੇ ਤੁਸੀਂ ਬੋਡੀ ਫੈਟ ਡ੍ਰੋਪ ਕਰਨਾ ਜਾ ਰਹੇ ਜੇ ਮਸਲ ਬਿਲਡ ਕਰਨਾ ਜਾ ਰਹੇ ਜੇ ਸਲੀਪ ਆ ਜਿਹੜੀ ਜਿਹੜੀ ਨੀਂਦ ਆ ਨਾ ਬ్రో ਆਲਮੋਸਟ ਉਹ ਇੱਕ ਨੈਚੁਰਲ ਸਟੀਰੋਇਡਾ ਜੇ ਆਪਾਂ ਨੂੰ ਯੂਜ਼ ਕਰਨਾ ਸਿੱਖ ਲਈਏ ਉਹ ਇਸ ਮੈਥਡ ਦੇ ਵਿੱਚ ਸਲੀਪ ਨੂੰ ਕਾ ਲੋਗੀ ਕਾਫੀ ਪ੍ਰਾਇੋਰਟਾਈਜ਼ ਕੀਤਾ ਆ ਮੈਂ ਤਾਂ ਕਿ ਤੁਸੀਂ ਘੱਟੋ ਘੱਟ 7 ਘੰਟਿਆਂ ਦੀ ਨੀਂਦ ਜਿਹੜੀ ਉਹ ਪੂਰੀ ਕਰ ਸਕੋ ਤੇ ਜਿੱਦਾਂ ਹੁਣ ਜੇ

ਕੀ ਤੁਹਾਡਾ ਰੂਮ ਹੈ ਜਿਹੜਾ ਉਹ ਪਿਚ 블랙 ਹੋਵੇ ਹਨਾ ਤੁਹਾਡੀ ਬੈਡਿੰਗ ਹੈ ਜਿਹੜੀ ਉਹ ਫਰੈਸ਼ ਹੋਵੇ ਤਾਂ ਕਿ ਤੁਸੀਂ इजीली ਸੌਂ ਸਕੋ ਜਾਂ ਮੈਂ ਮੋਸਟਲੀ ਆਪਣੇ ਕਲਾਇੰਟਸ ਨੂੰ ਇਹ ਕਹਿੰਦਾ ਵਾਂ ਕਿ ਤੁਸੀਂ ਕਦੀ ਵੀ ਸੌਣ ਤੋਂ ਘੰਟਾ ਪਹਿਲਾਂ ਆਪਣਾ ਫੋਨ ਨਹੀਂ ਯੂਜ਼ ਕਰਨਾ ਲੈਪਟਾਪ ਨਹੀਂ ਯੂਜ਼ ਕਰਨਾ ਟੀਵੀ ਨਹੀਂ ਵੇਖਣਾ ਤੁਸੀਂ ਬੁੱਕਸ ਪੜ੍ਹ ਸਕਦੇ ਹੋ ਨਾ ਉਹਦੇ ਨਾਲ ਤੁਸੀਂ ਕਹ ਲਓਗੇ ਇੱਕ ਕਾਮ ਸਟੇਟ ਚੱਲ ਜਾਂਦੇ ਆ ਔਰ ਤੋਂ ਬਾਅਦ ਗੱਲ ਹੁੰਦੀ ਹੈ ਰੈਸਟ ਡੇਜ਼ ਦੀ ਹੁਣ ਤੁਸੀਂ ਮੈਂ ਕਿਹਾ ਨਾ ਕਿ ਲੋਕ ਕਹਿੰਦੇ ਮੈਂ ਰੈਸਟ ਡੇ ਨਹੀਂ ਲੈਂਦਾ ਪਰ ਰੈਸਟ ਡੇਜ਼ ਵੀ ਇੰਪੋਰਟੈਂਟ ਆ ਬ੍ਰੋ ਆਪਣੀ ਬੋਡੀ ਨੂੰ ਹਾਨ ਨੂੰ ਸਮਾਂ ਦੇਣ ਦੀ ਲੋੜ ਆ ਤਾਂ ਕਿ ਆਪਾਂ ਰਿਕਵਰ ਹੋ ਸਕੀਏ ਤੇ ਆਪਣੇ ਜਿਹੜਾ 4 ਦਿਨਾਂ ਦਾ ਬਲੋਕ ਆ ਤੇ 7 ਦਿਨਾਂ ਦਾ ਬਲੋਕ ਆ ਵਰਕਆਊਟਸ ਦਾ ਉਹਦੇ ਲਈ ਰੈਡੀ ਹੋ ਸਕੀਏ ਰੈਸਟ ਡੇਸ ਤੇ ਤੁਸੀਂ ਆਫਕੋਰਸ ਇੱਕ ਚੀਟ ਮੀਲ ਵੀ ਕਰ ਸਕਦੇ ਜੇ ਡਿਪੈਂਡ ਕਰਦਾ ਤੁਸੀਂ ਕਿਹੜੇ ਫੇਸ 'ਚ ਹੈ ਤੁਹਾਡਾ weight ਕਿੰਨਾ ਹਨ ਤੇ ਰੈਸਟ ਡੇਸ ਹੀ ਐਕਚੁਅਲੀ ਰਿਕਵਰੀ ਜਿਹੜੀ ਉਹਦਾ ਹਿੱਸਾ ਵਾ ਸੋ ਆਪਾਂ ਇਹ ਸਕਿਪ ਨਹੀਂ ਕਰ ਸਕਦੇ ਸੋ ਇਸ ਮੈਥਡ ਦੇ ਵਿੱਚ ਲੀਨ ਲਾਈਫ ਮੈਥਡ ਦੇ ਵਿੱਚ ਆਪਾਂ ਰਿਕਵਰੀ ਜਿਹੜੀ ਉਹਨੂੰ ਵੀ ਪ੍ਰਾਇੋਰਟਾਈਜ਼ ਕਰਦੇ ਹਾਂ ਹੁਣ ਮੈਂ ਗੱਲ ਕਰਦਾ ਰੀਸੈਟ ਫੇਸ ਆ ਜਿਹੜਾ ਉਹਦੇ ਵਿੱਚ ਟ੍ਰੇਨਿੰਗ ਜਿਹੜੀ ਉਹ ਕੀ ਚੀਜ਼ ਆ ਕਿਦਾਂ ਦੀ ਲੱਗਦੀ ਆ ਜਾਂ ਉਹਦੇ ਵਿੱਚ ਆਪਾਂ ਕੀ ਕਰਦੇ ਆ ਮੈਂ ਕੀ ਕੀਤਾ ਮੇਰੇ ਕਲਾਇੰਟਸ ਕੀ ਕਰਦੇ ਆ ਸਭ ਤੋਂ ਪਹਿਲਾਂ ਆ ਜਿਹੜੀ ਫੋਟੋ ਤੁਸੀਂ ਉੱਤੇ ਵੇਖਣ ਦੇ ਜੋ ਇਹ ਮੇਰੀ ਫੋਟੋ ਹੀ ਆ ਤੇ ਇਹ ਉਦੋਂ ਦੀ ਜਦੋਂ ਮੈਂ ਰੀਸੈਟ ਫੇਸ ਸ਼ੁਰੂ ਕੀਤਾ ਸੀ ਮਤਲਬ ਕਿ ਮੋਸਟਲੀ ਮਸਲ ਮਾਸ ਨਹੀਂ ਆ ਰਹੀ ਮਰਤੇ ਸਰੀਰ ਬੋਲਾ ਹੀ ਸਕਿਨੀ ਫੈਟ ਘੱਲੋ ਢਿੱਡ ਤੇ ਜਿਆਦਾ ਫੈਟ ਨਹੀਂ ਬਾਹਾਂ ਕਾਫੀ ਪਤਲੀਆਂ ਹੀ ਫਿਰ ਵੀ ਇਹ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਵੇ ਕਿ ਆਪਾਂ ਆਪਣੀ ਬੋਡੀ ਫੈਟ ਜਿਹੜੀ ਉਹਨੂੰ ਵੱਧ ਤੋਂ ਵੱਧ ਡ੍ਰੌਪ ਕਰਨਾ ਚਾਹੁੰਦੇ ਆ ਜਦੋਂ ਆਪਾਂ ਪਾਵਰ ਫੇਸ ਦੇ ਵਿੱਚ ਜਾਈਏ ਆਪਾਂ ਮਸਲ ਮਾਸ ਲੀਨ ਮਸਲ ਮਾਸ ਗੇਨ ਕਰ ਸਕੀਏ ਤੇ ਘੱਟ ਤੋਂ ਘੱਟ ਫੈਟ ਗੇਨ ਕਰੀਏ ਰੀਸੈਟ ਫੇਸ ਦੇ ਵਿੱਚ ਟ੍ਰੇਨਿੰਗ ਦੀ ਗੱਲ ਹੁੰਦੀ ਆ ਆਹ ਵਾਲੀ ਫੋਟੋ ਮੇਰੀ ਜਦੋਂ ਮੈਂ ਰੀਸੈਟ ਫੇਸ ਸ਼ੁਰੂ ਕੀਤਾ ਸੀ ਉਦੋਂ ਦੀ ਆ ਇਹਦੇ ਵਿੱਚ ਆਪਾਂ ਜਿਹੜੀਆਂ ਆਪਣੀਆਂ ਰੈਪ ਰੇਂਜ ਹਨ ਉਹ ਹਾਈ ਰੱਖਣੀਆਂ ਯਾਨੀ ਕਿ ਪਰ ਸੈੱਟ 12 ਤੋਂ 25 ਤੁਸੀਂ 30 ਤੱਕ ਵੀ ਜਾ ਸਕਦੇ ਜੇ ਡਿਪੈਂਡ ਕਰਦਾ ਤੁਹਾਡੀ ਇੰਡੋਰੈਂਸ ਕਿੰਨੀ ਹੈ ਹੌਲੀ ਹੌਲੀ ਤੁਹਾਡੀ ਇੰਡੋਰੈਂਸ ਵਧੀ ਜਾਣੀ ਹੈ ਜਿੱਦਣ ਜਿੱਦਾਂ ਤੁਸੀਂ ਜਿਆਦਾ ਰੈਪਸ ਲਾਉਂਦੇਗੇ ਇਹਦੇ ਵਿੱਚ ਆਪਾਂ weight ਜਿਹੜੇ ਉਹ lighter weights use ਕਰਨੇ ਹੈ ਨਹੀਂ ਕਿ ਭਾਰੇ weight ਚੋੱਕ ਕੇ ਤੇ ਫਿਰ ਮੈਂ 25 ਰੈਪਸ ਲਾਾਂ ਕਿਉਂਕਿ ਤੁਸੀਂ ਫਿਰ ਫਟੀਕ ਹੋ ਜਾਣਾ ਵਾ volume ਹੈ ਜਿਹੜੀ ਇਹਦੇ ਵਿੱਚ ਉਹ ਆਪਾਂ ਹਾਈ ਰੱਖਣੀ ਹੈ ਆਪਣੀ ਯਾਨੀ ਜੀ 5 ਸੈਟਸ ਐਸ ਐਟ ਤੇ 12 12 ਤੋਂ ਲੈ ਕੇ 25 25 30 ਦੀ ਰੈਪਸ ਪਰ ਸੈਟ ਤਾਂ ਕਿ ਤੁਹਾਡੀ ਇੰਡੋਰੈਂਸ ਤੇ ਸਟਰੈਂਥ ਇਨਕਰੀਸ ਹੋ ਸਕੇ ਔਲੀ ਔਲੀ ਦਾ ਜਰੀਰ ਨੇ ਟ੍ਰੇਨਿੰਗ ਵੋਲਿਊਮ ਦੇ ਨਾਲ ਅਡਾਪਟ ਹੋ ਜਾਣਾ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਿ ਐਕਚੁਅਲੀ ਆ ਮੇਰਾ ਲੈਵਲ ਆ ਤੇ ਤੁਸੀਂ ਉੱਤੇ ਮੇਨਟੇਨ ਰੱਖ ਸਕਦੇ ਜੇ ਆਪਣੇ ਆਪ ਨੂੰ ਤੇ ਉਹਦੇ ਨਾਲ ਤੁਹਾਡਾ ਮਸਲ ਮਾਸ ਵੀ ਮੇਨਟੇਨ ਰਹੂਗਾ ਕਿਉਂਕਿ ਤੁਹਾਡੇ ਮਸਲਸ ਆ ਜਿਹੜੇ ਉਹ ਸਟੀਮੂਲੇਟ ਹੋ ਰਹੇ ਆ ਜਦੋਂ ਤੁਸੀਂ ਜਿਮ ਜਾਂਦੇ ਜੀ ਹਨਾ ਇਹ ਚੀਜ਼ ਤੇ ਹੋਈ ਹੈ ਕਿ ਆਪਾਂ ਨੂੰ ਜਿਹੜਾ ਲੀਨ ਲਾਈਫ ਮੈਥਡ ਆ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਵਾ ਪਿਛੇ ਵੀ ਉਹ ਆ ਹੈਡਲਾਈਨਸ ਫੋਲੋ ਕਰਨ ਦੀ ਲੋੜ ਹੈ ਇੰਟੈਂਸਿਟੀ ਫਾਰਮ ਤੇ ਤੁਸੀਂ ਐਕਸਰਸਾਈਜ਼ ਕਿਹੜੀ ਕਰ ਰਹੇ ਜੇ ਹਨਾ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨਾ ਜੇ ਤੁਸੀਂ ਗ੍ਰੋਥ ਚਾਹੁੰਦੇ ਹੋ ਆਪਣੀ ਫਿਜ਼ੀਕ ਦੇ ਵਿੱਚ ਹੁਣ ਰੀਸੈਟ ਫੇਸ ਦੇ ਵਿੱਚ ਤੁਹਾਡਾ ਨਿਊਟ੍ਰੀਸ਼ਨ ਕਿਦਾਂ ਦਾ ਹੁੰਦਾ ਵਾ ਜਾਂ ਮੇਰਾ ਨਿਊਟ੍ਰੀਸ਼ਨ ਕਿਦਾਂ ਦਾ ਸੀਗਾ ਕੈਲਕੂਲੇਟ ਕਰਨੀਆਂ ਤੋਂ ਹੀ ਆਪਣੀਆਂ ਕੈਲਰੀਜ਼ ਤੇ ਮੈਕਰੋਸ ਤਾਂ ਕਿ ਆਪਾਂ ਆਪਣੀ ਬੋਡੀ ਫੈਟ ਜਿਹੜੀ ਓਵਰঅল ઓ ਲੂਸ ਕਰ ਸਕੀਏ ਯਾਨੀ ਕਿ ਬੋਡੀ ਨੂੰ ਆਪਾਂ ਇੱਕ ਡਿਪਲੀਟਡ ਸਟੇਟ ਦੇ ਵਿੱਚ ਪਾਉਣਾ ਵਾ ਜਾਂ ਜਿੰਨੂੰ ਆਪਾਂ ਅੱਜਕੱਲ ਕਰ ਰਹੇ ਡੈਫਿਸਟ ਵੀ ਕਹਿ ਦਿੰਦੇ ਆ ਮੇਰੀ ਕੋਸ਼ਿਸ਼ ਦੋਨਾਂ ਹੀ ਸੀ ਕਿ ਮੈਂ ਆਪਣੇ ਆਪ ਨੂੰ ਵੱਧ ਤੋਂ ਵੱਧ ਡਰਾਈ ਕਰ ਸਕਾਂ ਹਨ ਵਾਟਰ weight ਵੀ ਕਾਫੀ ਲੂਸ ਕੀਤਾ ਮੈਂ ਤੇ ਉਹੀ ਮੇਰਾ ਗੋਲ ਹੁੰਦਾ ਸਾਰਿਆਂ ਨਾਲ ਕਿਉਂਕਿ ਵਾਟਰ weight ਲੂਸ ਕਰਨਾ ਨੌ ਖਾਣੀਆਂ ਸੋ ਜਦੋਂ ਵਾਟਰ ਵੇਟ ਲੂਜ਼ ਹੁੰਦਾ ਉਹਦੇ ਨਾਲ ਹੀ ਕਹਿ ਲਓ ਕਿ ਸਾਨੂੰ ਆਲਰੇਡੀ ਇੱਕ ਨਿੱਕੀ ਜਿਹੀ ਜਿੱਤ ਹਾਸਲ ਹੋ ਜਾਂਦੀ ਆ ਆਪਾਂ ਆਪਣਾ ਪ੍ਰੋਟੀਨ ਹਾਈ ਰੱਖਣਾ ਵਾ ਤਾਂ ਕਿ ਉਸ ਰੀਸੈਟ ਫੇਸ ਦੇ ਦੌਰਾਨ ਆਪਾਂ ਆਪਣਾ ਮਸਲ ਮੈਸ ਜਿਹੜਾ ਉਹਨੂੰ ਮੇਨਟੇਨ ਕਰਕੇ ਰੱਖੀਏ ਜੇ ਗੱਲ ਆਵੇ 치ਟ ਮੀਲਸ ਦੀ ਜਾਂ ਹੰਗਰ ਲੈਵਲਸ ਦੀ ਕੀ ਜਦੋਂ ਮੈਂ ਆ ਸਟੇਟ ਤੋਂ ਆ ਸਟੇਟ ਦੇ ਵਿੱਚ ਆਇਆ ਕਿ ਮੈਨੂੰ ਭੁੱਖ ਲੱਗੀ ਰਹਿੰਦੀ ਜਾਂ 치ਟ ਮੀਲਸ ਕਿਦਾਂ ਚੱਲਦੇ ਹੀ ਉਦੋਂ ਵੀ ਬ్రో ਇੱਕ ਤੋਂ ਦੋ 치ਟ ਮੀਲਸ ਉਹਨ ਦੇ ਹੀ ਵੀਕ ਦੇ ਵਿੱਚ ਜੇ ਹੰਗਰ ਦੀ ਗੱਲ ਕਰੀਏ ਉਦੋਂ ਮੈਂ ਵੋਲਿਊਮ ਈਟਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਕੀ ਮੈਂ ਆਪਣੇ ਕਲਾਇੰਟਸ ਨੂੰ ਆਫਕੋਰਸ ਅੱਜ ਤੱਕ ਰეკਮੈਂਡ ਕਰਦਾ ਹਾਂ ਤੇ ਉਹਨਾਂ ਦੇ ਡਾਈਟ ਪਲਾਨਸ ਦੇ ਵਿੱਚ ਪਾਉਂਦਾ ਹਾਂ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਯਾਰ ਮੈਨੂੰ ਭੁੱਖ ਬੜੀ ਲੱਗੀ ਭੁੱਖ ਬੜੀ ਲੱਗੀ ਵੋਲਿਊਮ ਈਟਿੰਗ ਕੀ ਚੀਜ਼ ਹੈ ਜਦੋਂ ਸਪੈਸ਼ਲੀ ਕਹ ਲੋ ਕਿ ਫੂਡ ਦੀ ਵੋਲਿਊਮ ਜ਼ਿਆਦਾ ਹੋਵੇ ਪਰ ਉਹਦੇ ਵਿੱਚ ਜਿਹੜੀ એનર્ਜੀ ਹੈ ਉਹ ਘਟਿਆ ਜਿੱਦਾਂ ਮੈਂ ਅੱਗੇ ਵਾਟਰਮੈਲਨ ਦੀ ਐਗਜ਼ਾਮਪਲ ਦਿੱਤੀ ਜਾਂ ਜਦੋਂ ਆਪਾਂ ਸਪਿਨਚ ਖਾਂਦੇ ਹਾਂ ਜਾਂ ਐਸੀਆਂ ਚੀਜ਼ਾਂ ਖਾਂਦੇ ਹਾਂ ਜਿਨ੍ਹਾਂ ਦੇ ਵਿੱਚ ਕੈਲਰੀਜ਼ ਘਟਿਆ ਪਰ ਉਹਨਾਂ ਦੀ ਮਾਤਰਾ ਜ਼ਿਆਦੀ ਹੈ ਫ ਆਈ ਮੇਰੇ ਕਲੈਂਟਸ ਕਾਰब्स ਗਿਵ ਅਪ ਕਰਦੇ ਆ ਜੇ ਤੁਸੀਂ ਇਹ ਮੈਥਡ ਫੋਲੋ ਕਰਦੇ ਜੇ ਤੁਹਾਨੂੰ ਵੀ ਕਾਰब्स ਗਿਵ ਅਪ ਕਰਨ ਦੀ ਲੋੜ ਨਹੀਂ ਹੈ ਤੁਸੀਂ ਚੌਲ ਖਾ ਸਕਦੇ ਜੇ ਆਲੂ ਖਾ ਸਕਦੇ ਜੇ ਸਵੀਟ ਪੋਟੇਟੋ ਪਮਕਿਨ ਵਗੈਰਾ ਤੁਸੀਂ ਸਭ ਕੁਝ ਖਾ ਸਕਦੇ ਜੇ ਐਜ਼ ਲੌਂਗ ਐਜ਼ ਉਹ ਤੁਹਾਡੀ ਜਿਹੜੀ ਡੇਲੀ ਕੈਲਰੀਜ਼ ਜਾਂ ਮੈਕਰੋਜ਼ ਦੀ ਰੇਂਜ ਆ ਉਹਦੇ ਵਿੱਚ ਹੁਣ ਮੋਸਟਲੀ ਜਿਹੜੇ ਸਕਿਨੀ ਫੈਟ ਮੁੰਡੇ ਆ ਨਾ ਉਹਨਾਂ ਨੂੰ ਲੱਗਦਾ ਯਾਰ ਮੈਂ ਜਿਮ ਜਾ ਕੇ ਹੋਰ ਖਾ ਗਏ ਤੇ ਹੋਰ ਬਲਕੀ ਹੋਏ ਨਾ ਮੇਰੇ ਤੇ ਮਸਲ ਮਾਸ ਪੈ ਜਾਊਗਾ ਫਿਰ ਮੇਰੀ ਬੋਡੀ ਸੈਟ ਹੋਣੀ ਹੈ ਪਰ ਇਹ ਸਭ ਤੋਂ ਵੱਡੀ ਗਲਤੀ ਕਰਦੇ ਹੋ ਜੇ ਤੁਸੀਂ ਇਹ ਗਲਤੀ ਕਰਨ ਜੇ ਤੁਹਾਨੂੰ ਹੁਣੇ ਹੀ ਰੁਕ ਜਾਣਾ ਚਾਹੀਦਾ ਤੇ ਆਹ ਮੈਥਡ ਤੁਹਾਨੂੰ ਫੋਲੋ ਕਰਨਾ ਚਾਹੀਦਾ ਜਿਹੜਾ ਮੈਂ ਤੁਹਾਨੂੰ ਸਿਖਾ ਰਿਹਾ ਹਾਂ ਕਿਉਂਕਿ ਇਹਦੇ ਨਾਲ ਤੁਸੀਂ ਪਹਿਲਾਂ ਲੀਨ ਆਊਟ ਹੋਵੋਗੇ ਉਸ ਤੋਂ ਬਾਅਦ ਹੌਲੀ ਹੌਲੀ ਤੁਸੀਂ ਲੀਨ ਮਸਲ ਮਾਸ ਜਿਹੜਾ ਉਹ ਗੇਨ ਕਰ ਸਕਦੇ ਆ ਬਾਡੀ ਫੈਟ ਨੂੰ ਬਰਨ ਕਰਕੇ ਰੀਸੈਟ ਫੇਸ ਜਿਹੜਾ ਉਹਦਾ ਸਭ ਤੋਂ ਵੱਡਾ ਕਹਿ ਲਓ ਕਿ ਮੇਨ ਬੈਨੀਫਿਟ ਇਹ ਹੋਏਗੀ ਆਪਾਂ ਆਪਣੀ ਬੋਡੀ ਨੂੰ ਰੀਸੈਟ ਕਰ ਲੈਣੇ ਯਾਨੀ ਕਿ ਜਿਹੜੀ ਅਨਇਵਨ ਫੈਟ ਡਿਸਟ੍ਰਿਬਿਊਸ਼ਨ ਹੋਈ ਹੁੰਦੀ ਨਾ ਸਾਡੇ ਸ਼ਰੀਰ ਤੇ ਉਹਨੂੰ ਸਹੀ ਕਰਨ ਦਾ ਤਰੀਕਾ ਇਹੋ ਹੀ ਆ ਕਿ ਆਪਾਂ ਪਹਿਲਾਂ ਲੀਨ ਡਾਊਨ ਹੋ ਜਾਈਏ ਜਿੰਨੀ ਬੋਡੀ ਫੈਟ ਡ੍ਰੌਪ ਕਰ ਸਕਦੇ ਆ ਉਹਨੂੰ ਕਰ ਦਈਏ ਤੇ ਉਹ ਤੋਂ ਬਾਅਦ ਹੌਲੀ ਹੌਲੀ ਆਪਣੇ ਮੈਕਰੋਜ਼ ਕੈਲਰੀਜ਼ ਇਨਕਰੀਜ਼ ਕਰਕੇ ਹੌਲੀ ਹੌਲੀ ਜਿਹੜਾ ਮਸਲ ਮਾਸ ਦਾ ਗ੍ਰੋਥ ਵਾਲ ਜਾਈਏ ਤਾਂ ਕਿ ਆਪਣੇ ਨੇ ਮਸਲ ਮਾਸ ਪਵੇ ਪਰ ਬੋਡੀ ਫੈਟ ਜਿਹੜੀ ਬਿਲਕੁਲ ਘਟ ਪਵੇ ਜਿਹੜਾ ਰੀਸੈਟ ਫੇਸ ਆ ਉਹ ਚੱਲਦਾ ਵਾ ਤੁਹਾਡਾ ਡੇ 1 ਤੋਂ ਲੈ ਕੇ ਡੇ 90 ਤੱਕ ਤੇ ਪਾਵਰ ਫੇਸ ਆ ਜਿਹੜਾ ਤੁਹਾਡਾ ਉਹ ਚੱਲਦਾ ਹੋਆ ਡੇ 90 ਤੋਂ ਲੈ ਕੇ ਆਰਾਊਂਡ ਡੇ 150 ਕੇ ਜਾਂ ਡੇ 180 ਤੱਕ ਵੀ ਚੱਲ ਸਕਦਾ ਤਾਂ ਕਰਕੇ ਮੈਂ ਕਹਿ ਰਿਹਾ ਕਿ ਇਹ ਮੈਥਡ 180 ਦਿਨਾਂ ਦੇ ਵਿੱਚ ਤੁਹਾਨੂੰ ਟੋਟਲ ਇੱਕ ਬੋਡੀ ਟਰਾਂਸਫਰਮੇਸ਼ਨ ਜਿਹੜੀ ਉਹ ਦੇ ਸਕਦਾ ਵਾ ਹੁਣ ਡੇ 91 ਤੋਂ ਆਪਾਂ ਕੀ ਚੇਂਜ ਕਰ ਦੇਣਾ ਵਾ ਟ੍ਰੇਨਿੰਗ ਵਿੱਚ ਆਪਾਂ ਘੱਟ ਰੈਪਸ ਕਰਨੀਆਂ ਸ਼ੁਰੂ ਕਰ ਦੇਣੀਆਂ ਵਾ ਪਰ ਆਪਾਂ weight ਆ ਜਿਹੜਾ ਉਹ ਵਧਾ ਲੈਣਾ ਯਾਨੀ ਕਿ ਹੈਵੀ weight ਤੇ ਘੱਟ ਰੈਪਸ 6 ਤੋਂ 10 ਭਾਵੇਂ 6 ਤੋਂ 8 ਵੀ ਲਾ ਲਓ ਇਟਸ ਓਕੇ ਪਰ ਇਆਗੀ ਆਪਾਂ ਉਹ ਜਿਹੜੀਆਂ ਰੈਪਸ ਆ ਨਾ ਉਹ ਹੈਵੀ weight ਦੇ ਨਾਲ ਲਾਉਣੀਆਂ ਵਾ ਤਾਂ ਕਿ ਆਪਣੀ ਜਿਹੜੀ ਹੋਰ ਮਸਲਸ ਦੇ ਵਿੱਚ ਗਰੋਥ ਜਿਹੜੀ ਉਹ ਇੰਡਿਊਸ ਹੋ ਸਕੇ ਪਾਵਰ ਫੇਸ ਦਾ ਮੇਨ ਕਹ ਲੋ ਕਿ ਇੱਕ ਗੋਲਾ ਕੀ ਤੁਸੀਂ ਆਪਣੀ ਟ੍ਰੇਨਿੰਗ ਦੀ ਜਿਹੜੀ ਫ੍ਰੀਕੁਐਂਸੀ ਅਤੇ ਆਪਣੀਆਂ ਰੈਪਸ ਆ ਆਪਣੇ ਸੈਟਸ ਆ ਉਹ ਆਪਾਂ ਹੌਲੀ-ਹੌਲੀ ਡ੍ਰੌਪ ਕਰਨੇ ਆ ਪਰ ਜਿਹੜਾ weight ਆ ਉਹਨੂੰ ਇੰਕਰੀਜ਼ ਕਰੀ ਜਾਣਾ ਵਾ ਉਹ ਭਾਵੇਂ ਤੁਸੀਂ ਡੇਲੀ ਹਰ ਇੱਕ ਐਕਸਰਸਾਈਜ਼ ਤੇ ਇੰਕਰੀਜ਼ ਕਰੀ ਜਾਓ ਤਾਂ ਕਿ ਤੁਹਾਡੀ ਸਟਰੈਂਥ ਤਾਂ ਜਾਵੇ ਤੁਹਾਡੀ ਮਸਲ ਗਰੋਥ ਜਿਹੜੀ ਕੰਟੀਨਿਊਜ਼ ਰਹੇ ਕਿਉਂਕਿ ਹੁਣ ਅੱਗੇ ਜਾ ਕੇ ਮੈਂ ਪਾਵਰ ਫੇਸ ਦੇ ਨਿਊਟ੍ਰੀਸ਼ਨ ਦੀ ਗੱਲ ਕਰਨੀ ਹੈ ਫਿਰ ਮੈਂ ਤੁਹਾਨੂੰ ਦੱਸੂਗਾ ਇਹ ਚੀਜ਼ਾਂ ਕਿਉਂ ਇੰਪੋਰਟੈਂਟ ਆ ਪਾਵਰ ਫੇਸ ਦੇ ਵਿੱਚ ਆਪਣਾ ਮੇਨ ਗੋਲ ਆ ਕਿ ਆਪਾਂ ਸਟਰੋਂਗ ਹੋ ਸਕੀਏ ਤੇ ਮਸਲ ਬਿਲਡ ਕਰ ਸਕੀਏ ਬਿਨਾ ਫੈਟ ਐਕਿਊਮੂਲੇਟ ਕੀਤੇ ਹਮ ਸੋ ਕੋਸ਼ਿਸ਼ ਕਰਨੀ ਆ ਆਪਾਂ ਕਿ ਜੇ ਤੁਸੀਂ ਇਸ ਮੈਥਡ ਨੂੰ ਫੋਲੋ ਕਰਨਾ ਚਾਹ ਰਹੇ ਜੇ ਕੋਸ਼ਿਸ਼ ਕਰ ਰਹੇ ਹੋ ਜਦੋਂ ਤੁਸੀਂ ਪਾਵਰ ਫੇਸ ਦੇ ਵਿੱਚ ਚਲ ਜਾਂਦੇ ਜੇ ਜਾਂ ਤੁਸੀਂ ਪਹਿਲੇ 90 ਦਿਨ ਕੰਪਲੀਟ ਕਰ ਲਏ ਉਸ ਤੋਂ ਬਾਅਦ ਤੁਸੀਂ ਜੇ ਆ ਵੀਡੀਓ YouTube ਤੇ ਵੇਖ ਰਹੇ ਜੇ ਤੁਸੀਂ ਇੱਥੇ ਆ ਕੇ ਇਹਨੂੰ ਦੁਬਾਰਾ ਵੇਖ ਸਕਦੇ ਜੇ ਕਿ ਮੈਂ ਪਾਵਰ ਫੇਸ ਕਿਦਾਂ ਫੋਲੋ ਕਰਨਾ ਹੈ ਸੋ ਉਹ ਦੇ ਰਚ ਆਫ ਕੋਰਸ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਵੱਤੋਂ ਅੱਧਾ ਹੈਵੀ weight ਚੁੱਕ ਸਕੀਏ ਰੈਪਸ 6 ਤੋਂ 8 6 ਤੋਂ 10 ਰੇਂਜ ਦੇ ਵਿੱਚ ਤੇ ਸੈਟਸ ਤੋਂ ਹੀ ਰੱਖਣੇ ਹਨ 3 ਤੋਂ 4 ਐਂਡ ਆਫ ਦਿ ਡੇ ਆਪਾਂ ਨੂੰ ਜਿਹੜੇ ਟ੍ਰੇਨਿੰਗ ਰੂਲਸ ਆ ਉਹ ਹਮੇਸ਼ਾ ਹੀ ਫੋਲੋ ਕਰਨ ਦੀ ਲੋੜ ਆ ਓਵਰ ਇੰਟੈਂਸਿਟੀ ਫਾਰਮ ਆਪਾਂ ਸਹੀ ਰੱਖਣੀ ਆ ਤੇ ਐਕਸਰਸਾਈਜ਼ ਸਹੀ ਲਾਉਣੀਆਂ ਆ ਸਹੀ ਪੈਕ ਕਰਨੀਆਂ ਆ ਆਫ ਕੋਰਸ ਫਾਰਮ ਦੇ ਅੰਡਰ ਤੇ ਆ ਗਿਆ ਕਿ ਐਕਸਰਸਾਈਜ਼ ਸਹੀ ਲਾਉਣੀਆਂ ਆ ਪਰ ਐਕਸਰਸਾਈਜ਼ ਸਹੀ ਪਿਕ ਕਰਨਾ ਵੀ ਬੜਾ ਇੰਪੋਰਟੈਂਟ ਆ ਡਿਪੈਂਡ ਕਰਦਾ ਹਨਾ ਤੁਹਾਡਾ ਸਰੀਰ ਕਿਦਾਂ ਦਾ ਵਾ ਤੁਹਾਡਾ ਤੁਹਾਡੇ ਤੇ ਮਸਲ ਦੇ ਬੈਲੈਂਸਸ ਹੈਗੇ ਆ ਕਿ ਨਹੀਂ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਆ ਉਸ ਤੋਂ ਬਾਅਦ ਤੁਹਾਨੂੰ ਲੀਨ ਲਾਈਫ ਮੈਥਡ ਆ ਜਿਹੜਾ ਸਟਿਲ ਉਹਦੇ ਨਾਲ ਸਟਿਕ ਰਹਿਣਾ ਪੈਣਾ ਹੋ ਯਾਨੀ ਕਿ ਆਪਣੀ ਇੰਟੈਂਸਿਟੀ ਚੱਕ ਚ ਰੱਖਣੀ ਪੈਣੀ ਆ ਆਪਣੀ ਜਿਹੜੀ ਫਾਰਮ ਐਕਸਰਸਾਈਜ਼ ਦੀ ਉਹ ਵਧੀਆ ਰੱਖਣੀ ਜ਼ਰੂਰੀ ਹੈ ਆਪਣਾ ਪੋਸਚਰ ਆਪਣੀ ਗ੍ਰਿਪ ਵਗੈਰਾ ਸਭ ਕੁਝ ਸਹੀ ਹੋਣਾ ਚਾਹੀਦਾ ਤਾਂ ਕਿ ਤੁਸੀਂ ਇੰਜਰੀਜ਼ ਤੋਂ ਬਚ ਸਕੋ ਆਪਣੇ ਲਈ ਤੁਸੀਂ ਰਾਈਟ ਐਕਸਰਸਾਈਜ਼ ਪਿਕ ਕਰਨੀਆਂ ਵਾ ਪਰ ਆਫ ਕੋਰਸ ਜੇ ਤੁਸੀਂ ਲੀਨ ਲਾਈਫ ਦਾ ਹਿੱਸਾ ਜੇ ਫੇਰੋ ਐਕਸਰਸਾਈਜ਼ ਤੁਹਾਡੇ ਲਈ ਮੈਂ ਪਿਕ ਕੀਤੀਆਂ ਵਾ ਹੁਣ ਗੱਲ ਹੁੰਦੀ ਆ ਮੇਰੇ ਸਭ ਤੋਂ ਫੇਵਰਿਟ ਪਾਰਟ ਦੀ ਲੀਨ ਲਾਈਫ ਮੈਥਡ ਦਾ ਜਿਹੜਾ ਮੇਰਾ ਸਭ ਤੋਂ ਫੇਵਰਿਟ ਹਿੱਸਾ ਆ ਉਹ ਆ ਪਾਵਰ ਆਫ ਫੇਸ ਦੇ ਵਿੱਚ ਨਿਊਟ੍ਰੀਸ਼ਨ ਕਿਉਂਕਿ ਇਹਦੇ ਵਿੱਚ ਹਨੂ ਹੌਲੀ ਹੌਲੀ ਇਹ ਗੱਲੋ ਕਿ ਆਪਾਂ ਹੋਰ ਫੂਡ ਇੰਜੋਏ ਕਰ ਸਕਦੇ ਆ ਤੇ ਵੱਡ ਦੇ ਕਾਰਨ ਨੇ ਹਨਾ ਹੁਣ ਜਦੋਂ ਆਪਾਂ ਰੀਸੈਟ ਫੇਸ ਤੋਂ ਬਾਹਰ ਹੋਨੇ ਆ ਸਾਡੀ ਬੋਡੀ ਕਹ ਲੋ ਕਿ ਇੱਕ ਹਾਮਨਾ ਕਾਫੀ ਸੈਂਸਿਟਿਵ ਹੋਈ ਹੁੰਦੀ ਫੂਡ ਨੂੰ ਲੈ ਕੇ ਕਿਉਂਕਿ ਆਪਾਂ ਓਵਰঅল ਫੇਰ ਵੀ ਕੈਲਰੀ ਡੈਫਸਿਟ ਦੇ ਵਿੱਚ ਹੀ ਰਹੇ ਆ ਰੀਸੈਟ ਫੇਸ ਫਿਨਿਸ਼ ਕਰਨ ਤੋਂ ਬਾਅਦ ਆਪਣੀ ਬੋਡੀ ਲਈ ਮਸਲ ਬਿਲਡ ਕਰਨਾ ਥੋੜਾ ਈਜ਼ੀ ਹੋ ਜਾਂਦਾ ਵਾ ਸੋ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਜਦੋਂ ਆਪਾਂ ਰੀਸੈਟ ਫੇਸ ਤੋਂ ਬਾਹਰ ਹੋਣਾ ਵਾ ਯਾਨੀ ਕਿ ਡੇ 91 92 ਤੇ ਆ ਆਪਾਂ ਹੌਲੀ ਹੌਲੀ ਆਪਣੇ ਜਿਹੜੀ ਮੈਕਰੋਜ਼ ਆ ਤੇ ਕੈਲਰੀਜ਼ ਆ ਉਹਨਾਂ ਨੂੰ ਇਨਕਰੀਜ਼ ਕਰਨਾ ਆਫਕੋਰਸ ਆਪਾਂ ਫੋਕਸ ਫੇਰ ਵੀ ਪ੍ਰੋਟੀਨ ਮੇਕ ਸ਼ੋਰ ਕਿ ਆਪਾਂ ਡੇਲੀ ਆਪਣਾ ਪ੍ਰੋਟੀਨ ਦਾ ਗੋਲ ਹਿੱਟ ਕਰ ਰਹੇ ਆ ਤਾਂ ਕਿ ਆਪਾਂ ਆਪਣਾ ਜਿਹੜਾ ਮਸਲ ਮਾਸ ਆ ਇਨਕਰੀਜ਼ ਕਰ ਸਕੀਏ ਬਿਨਾ ਜ਼ਿਆਦਾ ਬੋਡੀ ਫੈਟ ਐਡ ਕੀਤੇ ਆ ਉਸ ਤੋਂ ਬਾਅਦ ਹੋਣਾ ਕੀ ਹੈ ਕਿ ਤੁਹਾਡੀ ਬੋਡੀ ਇੱਕ ਹਾਮਨਲ ਟਰੈਕ ਤੇ ਆ ਜਾਣੀ ਹੈ ਜਿਹੜੀ ਦਾ ਗਲਤ ਬੋਡੀ ਕੰਪੋਜੀਸ਼ਨ ਹੀ ਹੋ ਫਿਕਸ ਹੋ ਯਾਨੀ ਸਕਿਨੀ ਫੈਟ ਫਿਕਸ ਹੋ ਯਾਨੀ ਹੈ ਕਿਉਂਕਿ ਹੁਣ ਤੁਸੀਂ ਪਹਿਲਾਂ ਬਿਲਕੁਲ ਤੁਸੀਂ ਰੈੱਡ ਹੋ ਗਏ ਉਦੋਂ ਬਾਅਦ ਹੌਲੀ-ਹੌਲੀ ਤੁਸੀਂ ਮਸਲ ਮੈਸ ਆਪਣੇ ਦੇ ਪਾ ਲਿਆ ਜਿਹੜਾ ਮੈਟਾਬੋਲਿਜ਼ਮ ਜਦੋਂ ਆਪਾਂ ਆਪਣੇ ਦੇ ਮਸਲ ਮੈਸ ਵਧਾਉਨੇ ਆ ਉਦਾਂ-ਉਦਾਂ ਹੀ ਹੱਡੀ એનર્ਜੀ ਬਰਨ ਕਰਨ ਦੀ ਅਬਿਲਿਟੀ ਵੀ ਵੱਧਦੀ ਹੈ ਯਾਨੀ ਕਿ ਇੱਕ ਬੰਦਾ ਜਿੱਤੇ ਮਸਲ ਮੈਸ ਘੱਟ ਆ ਭਾਵੇਂ ਸੇਮ ਕੱਦ ਹੋਵੇ ਇੱਕ ਬੰਦਾ ਜਿੱਤੇ ਮਸਲ ਮੈਸ ਜ਼ਿਆਦਾ ਵਾ ਉਹਨਾਂ ਵਿੱਚੋਂ ਜਿੱਤੇ ਮਸਲ ਮੈਸ ਜ਼ਿਆਦਾ ਵਾ ਉਹ ਬਾਈ ਡੀਫਾਲਟ ਵੱਧ ਕੈਲਰੀਜ਼ ਵੱਧ એનર્ਜੀ ਬਰਨ ਕਰੂਗਾ ਕਿਉਂਕਿ ਮਸਲ ਮਾਸ ਉੱਤੇ ਜ਼ਿਆਦਾ ਵਾ ਸੋ ਜਦੋਂ ਤੁਸੀਂ ਮਸਲ ਮਾਸ ਜਿਹੜਾ ਇਨਕਰੀਜ਼ ਕਰ ਲੈਂਦੇ ਜੇ ਉਹਦੇ ਨਾਲ ਆਫਕੋਰਸ ਤੁਸੀਂ ਵੱਧ એનર્ਜੀ ਬਰਨ ਕਰਦੇ ਜੇ ਵੱਧ ਕੈਲਰੀਜ਼ ਬਰਨ ਕਰਦੇ ਜੇ ਤੁਸੀਂ ਵੱਧ ਫੂਡ ਖਾ ਸਕਦੇ ਜੇ ਬਿਨਾ ਮੋਟੇ ਹੋਏ ਜਾਂ ਬਿਨਾ ਆਪਣੇ ਆਪ ਤੇ ਫੈਟ ਨੂੰ ਐਕਿਮੂਲੇਟ ਕੀਤੇ ਇਵਨ ਪਾਵਰ ਫੇਜ਼ ਦੇ ਦੌਰਾਨ ਵੀ ਮੇਰੇ ਕਲੈਂਟਸ ਮੈਂ ਤੁਸੀਂ ਵੀ 2 ਮੀਲ ਜਿਹੜੇ ਚੀਟ ਮੀਲ ਆ ਵੀਕ ਦੇ ਵਿੱਚ ਕਰ ਸਕਦੇ ਜੇ ਇਨਕਲੂਡਿੰਗ ਆਫ ਕੋਰਸ ਜੇ ਇਹਦਾ ਨੂੰ ਪਤਾ ਵਾ ਕਿ ਤੁਹਾਡੇ ਮੈਕਰੋਜ਼ ਕਿੰਨੇ ਆ ਤੇ ਤੁਹਾਡੀਆਂ ਕੈਲਰੀਜ਼ ਕਿੰਨੀਆਂ ਆ ਹੁਣ ਜੇ ਗੱਲ ਕੀਤੀ ਜਾਵੇ ਕਿ ਲੀਨ ਲਾਈਫ ਮੈਥਡ ਕਰਦਾ ਕੀ ਆ ਬ్రో ਇਹਦੇ ਨਾਲ ਤੁਸੀਂ ਆਪਣੀ ਜਿਹੜੀ ਬੋਡੀ ਦੀ ਕੰਪੋਜੀਸ਼ਨ ਆ ਉਹ ਸੈੱਟ ਕਰ ਸਕਦੇ ਜੇ ਜੇ ਤੁਸੀਂ ਸਕਿਨੀ ਫੈਟ ਆ ਉਹਨੂੰ ਫਿਕਸ ਕਰ ਸਕਦੇ ਜਿਹੜੀ ਵੀ ਤੁਹਾਡੇ ਤੇ ਐਕਸਟਰਾ ਬੋਡੀ ਫੈਟ ਆ ਜਾਂ ਤੁਸੀਂ ਕਹਿ ਲੋ ਕਿ ਓਬੀਸ ਆ ਜਾਂ ਓਵਰਵੇਟ ਆ ਤੁਸੀਂ ਉਹਨੂੰ ਫਿਕਸ ਕਰਕੇ ਇੱਕ ਸਟਰੋਂਗ ਮਸਕੂਲਰ ਬੋਡੀ ਬਣਾ ਸਕਦੇ ਜੇ ਅਗਲੇ 180 ਦਿਨਾਂ ਦੇ ਵਿੱਚ ਵਿੱਚ ਤੇ ਇਹ ਮੈਥਡ ਨੇ ਮੇਰੀ ਖੋਦਲਪ ਕੀਤੀ ਹੈ ਮੇਰੇ ਸਾਰੇ ਕਲੈਂਟਸ ਦੀ ਹਲਪ ਕੀਤੀ ਹੈ ਫਿਟ ਹੋਣ ਦੇ ਵਾਸਤੇ ਇੱਕ ਵਧੀਆ ਸ਼ੇਪ ਚਾਣ ਦੇ ਵਾਸਤੇ ਤੇ ਉਹਨੂੰ ਲੰਬੇ ਸਮੇਂ ਲਈ ਮੇਨਟੇਨ ਰੱਖਣ ਦੇ ਵਾਸਤੇ ਓਵਰঅল ਬ్రో ਜੇ ਇਹਨੂੰ ਸਮ ਅਪ ਕਰਨਾ ਹੋਵੇ Lean Life method ਨੂੰ ਇਹਦੇ ਨਾਲ ਤੁਸੀਂ ਆਪਣੀ ਬੋਡੀ ਕੰਪੋਜੀਸ਼ਨ ਜਿਹੜੀ ਫੋਰ ਗੁੱਡ ਚੇਂਜ ਕਰ ਸਕਦੇ ਜੇ ਯਾਨੀ ਕਿ ਸਦਾ ਲਈ ਚੇਂਜ ਕਰ ਸਕਦੇ ਜੇ ਤੇ ਬਿਨਾ ਵਧੀਆ ਫੂਡਸ ਗਿਵ ਅਪ ਕੀਤੇਆਂ ਜਾਂ ਬਿਨਾ ਦੋ ਦੋ ਤਿੰਨ ਦਿਨਾਂ ਕੇ ਇੰਡਿਕਾਰਡੀਓ ਕੀਤਾਆਂ ਜਾਂ ਰੋਜ਼ ਸੈਲਡ ਖਾਦੇਆਂ ਜਾਂ 7-7 ਦਿਨ ਜਿਮ ਜਾ ਕੇ ਸੋ ਇਹ ਲੀਨ ਲਾਈਫ ਮੈਥਡ ਆ ਜਿਹੜਾ ਤੁਸੀਂ ਈਜ਼ੀਲੀ ਆਪਣੀ ਇੱਕ ਬਿਜ਼ੀ ਲਾਈਫ ਦੇ ਵਿੱਚ ਇਹਨੂੰ ਇਨਕੋਰਪੋਰੇਟ ਕਰਕੇ ਤੇ ਵਧੀਆ ਰਿਜ਼ਲਟਸ ਜਿਹੜੇ ਅਚੀਵ ਕਰ ਸਕਦੇ ਜੇ ਹੁਣ ਤੁਹਾਨੂੰ ਸਮਝ ਆ ਗਈ ਹੈ ਕਿ ਲੀਨ ਲਾਈਫ ਮੈਥਡ ਜਿਹੜਾ ਵਰਕ ਕਿਦਾਂ ਕਰਦਾ ਵਾ ਇਹਦਾ ਪ੍ਰੋਸੈਸ ਕੀ ਆ ਤੇ ਕਿਦਾਂ ਇਹ ਇੱਕ ਵਧੀਆ ਫਿਜ਼ੀਕ ਬਣਾਉਣ ਦੇ ਵਿੱਚ ਹੈਲਪ ਕਰਦਾ ਵਾ ਕਿਦਾਂ ਇੰਨੇ ਮੇਰੇ ਕਾਫੀ ਕਲਾਇੰਟਸ ਦੀ ਹੈਲਪ ਕੀਤੀ ਹੈ ਇਵਨ ਮੇਰੇ ਆਪ ਕੀਤੀ ਹੈ ਬਿਗਨਿੰਗ ਦੇ ਵਿੱਚ ਤੇ ਉਹੀ ਸੇਮ ਮੈਥਡ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕੀਤਾ ਵਾ ਤੇ ਤੁਸੀਂ ចਾਹੁੰਦੇ ਆਂਗੇ ਤੁਸੀਂ ਇਸ មេតដ ਨੂੰ អፕ্লাই ਕਰਨਾ ចង់ ਨੇ ਆਪਣੀ ਲਾច ਦੇ ਵਿੱਚ ਤੇ ਆਪਣੀ ប៉ូឌី ਵੀ ਟਰান্সហ្វម ਕਰਨਾ ចង់ ਨੇ ਆ ਏ អូហ្វਰ ਤੁਹਾਡੇ ਲਈ ਹੈ ਜੇ ਤੁਸੀਂ ಸ್គីនី ហ្វេត ਆ ਜਾਂ អូវើវេត ਆ ਜਾਂ ਤੁਸੀਂ អូហ្វジーចង់ ਨੇ ਪਰ ਤੁਹਾਨੂੰ ਮਿਲ ਨਹੀਂ ਰਹੀ ਜਿਹੜੀ ਤੁਹਾਡੀ ਡਿਸਪਲਿਨਰੀ ਫਿਜ਼ੀਕ ਆ ਜਾਂ ਡリーム ប៉ូឌី ਜਿਹਨੂੰ ਆਪਾਂ ਕਹਿ ਸਕਦੇ ਆ ਏ ਪ੍ਰੋਗਰਾਮ ਇਹ Lean Life Method ਉਸ ਫਿਜ਼ਿਕ ਨੂੰ ਹਾਸਲ ਕਰਨ ਦੇ ਵਿੱਚ ਤੁਹਾਡੀ ਹੱਲ ਕਰੂਗਾ ਦੇ ਤੁਸੀਂ ਉਹਨੂੰ ਫੋਰਐਵਰ ਮੇਨਟੇਨ ਵੀ ਰੱਖ ਸਕੋਗੇ ਸਪੈਸ਼ਲੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੀ ਟੀ-ਸ਼ਰਟ ਲਾ ਸਕੋ ਵਿੱਚ ਤੇ ਜਾ ਕੇ ਜਾਂ ਤੁਸੀਂ ਜਦੋਂ ਕਿਦੇ ਆਏ ਗਏ ਹੁੰਦੇ ਜੇ ਤੁਹਾਨੂੰ ਕੱਪੜੇ ਪਾਏ ਵਧੀਆ ਲੱਗਣ ਹਨਾ ਜਾਂ ਤੁਹਾਡਾ ਕੌਨਫੀਡੈਂਸ ਸੈਲਫ ਇਸਟਿਮ ਤਾਂ ਜਾ ਸਕਿਆ ਇਹ ਜਿਹੜਾ lean life method ਆ ਇਹ ਤੁਹਾਡੇ ਲਈ ਆ ਹੁਣ ਤੁਹਾਡੇ ਲਈ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਪੈਸ਼ਲ ਡੀਲ ਤੇ ਇਹੀ ਆ ਕਿ ਜੇ ਅਗਲੇ 180 ਦਿਨਾਂ ਦੇ ਵਿੱਚ ਤੁਸੀਂ ਆਪਣਾ 10% ਬੋਡੀ ਵੇਅਰ ਡ੍ਰੌਪ ਨਹੀਂ ਕਰਦੇ ਤੇ lean muscle mass gain ਨਹੀਂ ਕਰ ਪਾਉਂਦੇ ਸਭ ਕੁਝ lean life method ਦੇ ਵਿੱਚ ਜੋ ਮੈਂ ਡਿਸਕਸ ਕੀਤਾ ਵਾ ਜਾਂ ਤੁਹਾਡੇ ਲਈ ਜੋ ਆਪਾਂ ਤੁਹਾਨੂੰ ਬਣਾ ਕੇ ਦਿੱਤਾ ਤੁਸੀਂ ਫੋਲੋ ਵੀ ਕੀਤਾ ਵਾ ਤੇ ਆਪਾਂ ਤੁਹਾਡੇ ਇਨਵੈਸਟਮੈਂਟ ਆ ਜਿਹੜੀ 100% ਤੁਹਾਨੂੰ ਬਿਨਾ ਕੋਈ ਸਵਾਲ ਪੁੱਛਿਆ ਵਾਪਸ ਕਰ ਦਾਂਗੇ ਜੇ ਤੁਹਾਨੂੰ ਮੈਂ ਇਸ ਵੀਡੀਓ ਦਾ ਲਿੰਕ WhatsApp ਤੇ ਭੇਜਾਇਆ ਸੋ ਪਲੀਜ਼ ਚੈਟ ਦੇ ਵਿੱਚ ਜਾ ਕੇ ਮੈਨੂੰ ਦੱਸ ਦੋ ਕਿ ਤੁਸੀਂ ਆ ਵੀਡੀਓ ਵੇਖ ਲਈਆ ਤੇ ਤੁਸੀਂ ਅੱਗੇ ਫਰਦਰ ਪ੍ਰੋਸੀਡ ਕਰਨਾ ਚਾਹੁੰਦੇ ਜੇ ਮੈਂ ਤੁਹਾਨੂੰ ਰਜਿਸਟ੍ਰੇਸ਼ਨ ਲਿੰਕ ਜਿਹੜਾ ਪ੍ਰਾਈਜ਼ਿੰਗ ਦੇ ਨਾਲ ਸੈਂਡ ਕਰ ਦੂੰਗਾ ਜੇ ਤੁਸੀਂ ਆ ਵੀਡੀਓ YouTube ਤੇ ਵੇਖ ਰਹੇ ਜੇ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ WhatsApp ਦਾ ਲਿੰਕ ਆ ਉੱਤੇ ਕਲਿੱਕ ਕਰਕੇ ਮੈਨੂੰ ਤੁਸੀਂ ਮੈਸੇਜ ਕਰ ਦੋ ਕਿ ਤੁਸੀਂ ਆ ਵੀਡੀਓ YouTube ਤੇ ਵੇਖੀਆ ਤੇ ਤੁਸੀਂ ਲੀਨ ਲਾਈਫ ਮੈਥਡ ਦਾ ਹਿੱਸਾ ਬਣਨਾ ਚਾਹੁੰਦੇ ਜੇ ਮੈਂ ਤੁਹਾਨੂੰ ਜਿਹੜੀ ਪ੍ਰਾਈਜ਼ਿੰਗ ਤੇ ਰਜਿਸਟ੍ਰੇਸ਼ਨ ਲਿੰਕਸ ਤੁਹਾਡੇ WhatsApp ਤੇ ਸੈਂਡ ਕਰ ਦੂੰਗਾ